ਰੇਡੀਓ ਚੰਨ ਪ੍ਰਦੇਸ਼ੀ ਸੁਣਦੇ ਸੱਜਣੋ, ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਸਭ ਨੂੰ ਲੋਹੜੀ ਮੁਬਾਰਕ। ਹਮੇਸ਼ਾ ਦੀ ਤਰ੍ਹਾਂ ਜਦੋਂ ਕੋਈ ਟ੍ਰੈਡੀਸ਼ਨਲ ਗੱਲ ਹੁੰਦੀ ਹੈ ਜਾਂ ਤਿਉਹਾਰ ਹੁੰਦਾ, ਉਦੋਂ ਸਾਂਝ ਪਾਉਂਦੇ ਡਾਕਟਰ ਰੁਪਿੰਦਰਜੀਤ ਕੌਰ ਗਿੱਲ ਹੋਰਾਂ ਨਾਲ, ਜਿਹੜੇ ਰਹਿੰਦੇ ਪਠਾਨਕੋਟ ਨੇ ਔਰ ਜੁੜੇ ਪੰਜਾਬ ਦੇ ਨਾਲ ਨੇ। ਡਾਕਟਰ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਿੱਧੂ ਸਰ, ਤੁਹਾਨੂੰ ਵੀ ਲੋਹੜੀ ਦੀਆਂ ਤੇ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਧੰਨਵਾਦ ਜੀ। ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਠੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਫੇਰ ਸ਼ੱਕਰ ਪਾਏ ਹੋ। ਦੁੱਲੇ ਨੂੰ ਚੇਤੇ ਕਰਨ ਦਾ ਦਿਨ, ਪੰਜਾਬੀ ਬਹਾਦਰਾਂ ਦੇ ਉਹ ਕਾਰਨਾਮੇ ਸਾਡੇ ਸਾਹਮਣੇ ਆ ਜਾਂਦੇ ਆ ਕਿ ਇਹ ਤਾਂ ਵੱਡੇ ਵੱਡੇ ਧਨਾੜ ਜਾਂ ਹੁਕਮਰਾਨ ਜਾਂ ਬਾਦਸ਼ਾਹਾਂ ਤੋਂ ਨਹੀਂ ਝੁਕੇ, ਧੌਣ ਨੀਵੀਂ ਨਹੀਂ ਹੋਈ, ਮੁੱਛ ਖੜੀ ਰਹੀ। ਕੀ ਕਹਿਣਾ ਚਾਹੋਗੇ ਉਹਨਾਂ ਯੋਧਿਆਂ ਨੂੰ ਚੇਤੇ ਕਰਦੇ ਹੋਏ? ਉਹਨਾਂ ਯੋਧਿਆਂ ਚੇਤੇ ਕਰਦੇ ਹੋਏ ਇੱਕ ਲਾਈਨਾਂ ਯਾਦ ਆ ਗਈਆਂ ਨੇ, ਕਈ ਆਏ ਬੁੱਲੇ ਤੇ ਕਈ ਝੱਖੜ ਝੁੱਲੇ, ਨਾ ਕੋਈ ਟੁੱਟਿਆ ਤਾਣ ਪੰਜਾਬੀ ਦਾ, ਜਿਉਂ ਜਿਉਂ ਗੈਰਾਂ ਅਪਮਾਨਿਤ ਕੀਤਾ ਤਿਉਂ ਤਿਉਂ ਵਧਿਆ ਮਾਣ ਪੰਜਾਬੀ ਦਾ। ਬਿਲਕੁਲ ਜੀ, ਔਰ ਇਹੀ ਪੰਜਾਬੀ ਲੋਕ ਨੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ। ਮੈਂ ਅਕਸਰ ਇੱਕ ਗੱਲ ਦਾ ਜ਼ਿਕਰ ਕਰਦਾ ਜੀ, ਜਦੋਂ ਅੱਜ ਦੇ ਹਾਲਾਤ ਦੇ ਵਿੱਚ ਦੇਖਦੇ ਹਾਂ ਲੋਹੜੀ ਅਸਲ ਦੇ ਵਿੱਚ ਐਤਕੀ ਹੋਈ ਆ ਸਾਡੀ। ਪਿਛਲੇ ਸਾਲ ਤਾਂ ਬਾਰਡਰਾਂ ਦੇ ਉੱਤੇ ਲੋਹੜੀ ਸੀ, ਜਿੱਤ ਦਾ ਪ੍ਰਤੀਕ, ਸਾਡਾ ਦੁੱਲਾ ਭੱਟੀ ਨਾਇਕ ਹੈ, ਚੜ੍ਹਦੇ ਦੇ ਲਹਿੰਦੇ ਪੰਜਾਬ ਦਾ। ਉਦੋਂ ਪਹਿਲਾਂ ਸਿਕੰਦਰ ਨੂੰ ਠੱਲਣ ਵਾਲੇ ਲੋਕਾਂ ਦਾ ਜਦੋਂ ਜ਼ਿਕਰ ਆਉਂਦਾ, ਪੋਰਸ ਦਾ ਜ਼ਿਕਰ ਆ ਜਾਂਦਾ, ਇਸੇ ਧਰਤੀ ਤੇ ਜੰਮਿਆ। ਮੈਂ ਪੰਨਾ ਦਿੱਲੀ ਦੇ ਕਿਲੇ ਕਿੰਗਰੇ ਜਦੋਂ ਉਹ ਨੋਵਲ ਨੂੰ ਪੜ੍ਹਦੇ ਆ ਜਾਂ ਉੱਥੇ ਨੇੜੇ ਤੇ ਦਿੱਲੀ ਦੇ ਕਿੰਗਰੇ, ਮੈਂ ਕਰਾਂ ਲਾਹੌਰ ਤਬਾਹ, ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜ਼ਿਕਰ ਜਦੋਂ ਆ ਜਾਂਦਾ ਕਿ ਉਹੀ ਧਰਤੀ ਉਹੀ ਥਾਂ ਜਿੱਥੇ ਜੰਗਜੂ ਜੰਮੇ, ਯੋਧੇ ਜੰਮੇ ਤੇ ਟੱਕਰ ਸਲਤਨਤਾਂ ਨਾਲ ਲਈ। ਸੋ ਲੋਹੜੀ ਅੱਜ ਵੀ ਮਨਾਈ ਜਾ ਰਹੀ ਹੈ, ਲੋਹੜੀ ਸਦੀਆਂ ਤੋਂ ਮਨਾਈ ਜਾ ਰਹੀ ਹੈ। ਅਸੀਂ ਉਦੋਂ ਦੀ ਗੱਲ ਸ਼ੁਰੂ ਕਰੀਏ, ਇਤਿਹਾਸ ਹੈ ਜਿਹੜਾ ਇੱਕ ਵਾਰ ਫੇਰ ਪੁਨਰ ਸੁਰਜੀਤ ਹੋ ਜਾਂਦਾ ਜਦੋਂ ਅਸੀਂ ਉਹੀ ਗੱਲ ਸੁੰਦਰ ਮੁੰਦਰੀ ਕਹਿ ਕੇ ਗੱਲ ਸੰਬੋਧਨ ਕਰਦੇ ਹਾਂ, ਉਦੋਂ ਫਿਰ ਹਿੰਦੂ ਸਿੱਖ ਮੁਸਲਿਮ ਵਾਲੀ ਗੱਲ ਨਹੀਂ ਰਹਿ ਜਾਂਦੀ, ਉਦੋਂ ਪੰਜਾਬੀ ਵਾਲੀ ਗੱਲ ਹੁੰਦੀ ਹੈ। ਹਾਂਜੀ ਜੀ, ਵੇਖੋ ਬਲਦੇਵ ਸਿੰਘ ਸੜਕਨਾਮਾ ਜੀ ਦਾ ਬੜਾ ਅੱਛਾ ਨਾਵਲ ਹੈ ਧਾਵਾਂ ਦਿੱਲੀ ਦੇ ਕੰਗਰੇ, ਜਿਹੜਾ ਕਿ ਸਾਰਾ ਭੱਟੀ ਜੀ ਦੀ ਜਿਹੜੀ ਲਾਈਫ ਹੈ ਉਹਦੇ ਉੱਤੇ ਆ। ਮੈਂ ਧਾਵਾਂ ਇਹ ਲੋਕ ਗੀਤ ਹੈ ਬੜਾ ਖੂਬਸੂਰਤ, ਧਾਵਾਂ ਦਿੱਲੀ ਦੇ ਕੰਗਰੇ ਭਾਜੜ ਪਾਵਾਂ ਤਖ਼ਤ ਲਾਹੌਰ। ਸੋ ਦੁੱਲਾ ਜਿਹੜਾ ਸਾਡਾ ਇੱਕ ਬੜਾ ਕਹਿ ਲਓ ਲੋਕ ਨਾਇਕ ਆ, ਪੰਜਾਬੀਆਂ ਦੇ ਸੁਭਾਅ ਨੂੰ ਪੇਸ਼ ਕਰਦਾ ਹੈ। ਸਿੱਧੂ ਸਰ, ਜਿਹੜੀ ਮਿੱਟੀ ਹੈ ਨਾ, ਬੰਦੇ ਦਾ ਸੁਭਾਅ ਮਿੱਟੀ ਬਣਾਉਂਦੀ ਆ, ਜਿੱਦਾਂ ਦੀ ਮਿੱਟੀ ਆ ਓਦਾਂ ਦਾ ਬੰਦਾ ਹੈ। ਔਰ ਮਿੱਟੀ ਵਿੱਚੋਂ ਸਾਡਾ ਸੁਭਾਅ ਉਪਜਦਾ ਹੈ, ਸਾਡੇ ਕਿੱਤੇ ਵਿੱਚੋਂ ਸਾਡਾ ਸੁਭਾਅ ਉਪਜਦਾ ਹੈ, ਔਰ ਉਹੀ ਫਿਰ ਸਾਡਾ ਵਿਹਾਰ ਬਣ ਜਾਂਦਾ ਹੈ। ਤੇ ਪੰਜਾਬ ਦੀ ਜਿਹੜੀ ਮਿੱਟੀ ਆ ਉਹ ਇੰਨੀ ਜ਼ਰਖੇਜ਼ ਮਿੱਟੀ ਸੀ ਔਰ ਇੰਨੀ ਵਧੀਆ ਮਿੱਟੀ ਸੀ ਕਿ ਮਤਲਬ ਇੱਥੋਂ ਦੇ ਜੰਮੇ ਨੂੰ ਕਹਿੰਦੇ ਨਾ ਕਾਬਲ ਦੇ ਜੰਮੇ ਨੂੰ ਤੇ ਪੰਜਾਬ ਦੇ ਜੰਮੇ ਨੂੰ ਨਿੱਤ ਮੁਹਿੰਮਾਂ, ਇੱਥੋਂ ਦੇ ਲੋਕਾਂ ਨੂੰ ਬਾਰ ਬਾਰ ਮੁਕਾਬਲੇ ਕਰਨੇ ਪਏ ਵਿਦੇਸ਼ੀ ਹਮਲਾਵਰਾਂ ਨਾਲ, ਤੇ ਲੜਨਾ ਮਰਨਾ ਜੂਝਣਾ, ਠੀਕ ਹੈ, ਉਹ ਸਾਡੀ ਵਿਰਾਸਤ ਵਿੱਚ ਹੀ ਸਾਨੂੰ ਮਿਲਿਆ। ਮੈਂ ਇੱਕ ਦਿਨ ਆਪਾਂ ਦੇਖ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਨਾਮ ਵੇਖੋ ਕਿੰਨੇ ਖੂਬਸੂਰਤ ਨੇ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਔਰ ਫਤਿਹ ਸਿੰਘ। ਅਜੀਤ ਵੀ ਆ, ਜੁਝਾਰ ਵੀ, ਜੁਝਾਰੂ ਵੀ ਹੋਣਾ, ਔਰ ਜਿਹੜਾ ਜੁਝਾਰੂ ਹੋਏਗਾ ਉਹ ਜੋਰਾਵਰ ਵੀ ਹੋਏਗਾ, ਜਿਹੜਾ ਜੋਰਾਵਰ ਹੈ ਉਹਨੂੰ ਫਤਿਹ ਤੇ ਮਿਲੇਗੀ ਮਿਲੇਗੀ। ਸੋ ਮਤਲਬ ਇਹ ਸਾਡੇ ਸਾਡੇ ਖੂਨ ਦੀ ਖਸਲਤ ਹੈ। ਬਿਲਕੁਲ, ਔਰ ਸੋਰੀ ਮੈਂ ਤੁਹਾਨੂੰ ਇੰਟਰਪਟ ਕਰਦਾ ਕਿ ਨਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਮਾਵਾਂ ਦਾ ਵੀ। ਮਾਂ ਸਾਨੂੰ ਖਵਾਉਂਦੀ ਕੀ ਹੈ, ਸਾਨੂੰ ਪੜ੍ਹਾਉਂਦੀ ਕੀ ਹੈ, ਬੇਸ਼ੱਕ ਉਹ ਅਨਪੜ੍ਹ ਵੀ ਹੈ ਹਨਾ, ਫੇਰ ਵੀ ਉਹਨੇ ਜੇ ਹੁਣ ਆਪਣੇ ਜਵਾਕਾਂ ਦੀ ਜੇ ਗੱਲ ਕਰਾਂਗੇ ਜਾਂ ਆਪਣੀ ਗੱਲ ਕਰਾਂਗੇ, ਸਾਡੀਆਂ ਮਾਵਾਂ ਘੱਟ ਪੜ੍ਹੀਆਂ ਹੋਣਗੀਆਂ, ਪਰ ਇਹ ਹੈ ਜੋ ਕਿਤੇ ਅੱਜ ਜਦੋਂ, ਪਰ ਸਰ ਉਹਨਾਂ ਨੇ ਬੱਚੇ ਜਿਹੜੇ ਜ਼ਿਆਦਾ ਵਧੀਆ ਪਾਲੇ ਹੋਣਗੇ ਪੜ੍ਹੀਆਂ ਲਿਖੀਆਂ ਮਾਵਾਂ ਨਾਲ। ਜਿਹੜੀ ਸਾਡੇ ਪੁਰਾਣੇ ਬੱਚੇ ਵੀ ਤੇ ਪਲਦੇ ਸੀ ਨਾ, ਔਰ ਕੀ ਕਹਿੰਦੇ ਆ ਕਿ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ, ਅੱਧ ਰੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ। ਸੋ ਮਾਂ ਦਾ ਬੜਾ, ਜਿੱਦਾਂ ਆਪਾਂ ਪੜ੍ਹਦੇ ਹਾਂ ਆਈਨਸਟਾਈਨ ਦੀ ਲਾਈਫ ਵਿੱਚ, ਉਹਦੀ ਮਾਂ ਨੇ ਕਿੰਨਾ ਜਿਹੜਾ ਪੋਜ਼ਿਟਿਵ ਰੋਲ ਪਲੇ ਕੀਤਾ, ਜਾਂ ਜਿੰਨੇ ਵੀ ਮਹਾਨ ਬੰਦੇ ਹੋਏ ਆ। ਹੁਣ ਡਾਕਟਰ ਫਰਾਇਡ ਦੀ ਆਪਾਂ ਗੱਲ ਕਰੀਏ ਤੇ ਉਹ ਕਹਿੰਦੇ ਕਿ ਉਹਦੀ ਮਾਂ ਨੇ ਉਹਨੂੰ ਸਭ ਤੋਂ ਵੱਧ ਪਿਆਰ ਦਿੱਤਾ ਸੀ ਆਪਣੇ 9 ਬੱਚਿਆਂ ਦੇ ਵਿੱਚੋਂ, ਤੇ ਉਹ ਸਭ ਤੋਂ ਵੱਧ ਜ਼ਹੀਨ ਔਰ ਮਾਂ ਬੱਚੇ ਦਾ ਬੇਸ ਬਣਾਉਣ ਦੇ ਵਿੱਚ ਉਹਦੀ ਮਾਂ ਦਾ ਬੜਾ ਅਹਿਮ ਰੋਲ ਹੁੰਦਾ। ਬਿਲਕੁਲ, ਅੱਜਕੱਲ ਮਾਵਾਂ ਤੇ ਹੁਣ ਜਦੋਂ ਤੁਸੀਂ ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ, ਜੁਝਾਰ ਸਿੰਘ, ਅਜੀਤ ਸਿੰਘ, ਆਪਾਂ ਚਾਰ ਨਾਂ ਲੈ ਨੇ,
ਬੜਾ ਸੋਚ ਸਮਝ ਕੇ ਰੱਖੇ ਹੋਣਗੇ, ਸਾਨੂੰ ਨੀ ਪਤਾ ਨਾਮਾਂਕਣ ਕਿਹਨੇ ਕੀਤਾ ਉਹਨਾਂ ਦੇ ਪਰਿਵਾਰਾਂ ਚ ਉਸ ਵਕਤ। ਪਰ ਦੂਜੇ ਪਾਸੇ ਘਸੀਟਾ ਰਾਮ ਰੁਲੀਆ ਰਾਮ ਜਾਂ ਕੁਛ ਹੋਰ ਹੈ ਜਿਹਦਾ ਨਾਂ ਹੀ ਇੱਥੋਂ ਸ਼ੁਰੂ ਹੋ ਜਾਂਦਾ, ਉਸਨੇ ਕਿਹੜੇ ਦਿੱਲੀ ਦੇ ਕਿੰਗਰੇ ਢੋਣੇ, ਕਿਹੜੀ ਸਲਤਨਤ ਨਾਲ ਟੱਕਰ ਲੈਣੀ ਹੈ ਨਾ, ਹੌਸਲਾ ਹੀ ਨੀ ਪੈਂਦਾ ਜਦੋਂ ਨਾਂ ਚ ਨੀ ਹੌਸਲਾ ਪੈਂਦਾ, ਗਾਂ ਕੀ ਕਰੋ। ਹਾਂਜੀ, ਪਰ ਬਾਕੀ ਇਸਦੂ ਸਰ ਇਹਦੀ ਗੱਲ ਹੈ ਕਿ ਉਹ ਵੀ ਸਾਡੀ ਨਾ ਜਿਹੜੀ ਲੋਕ ਮਾਨਸਿਕਤਾ ਸੀ ਪੁਰਾਣੀ, ਵੀ ਜਿੱਦਾਂ ਮਰਦਾਨੇ ਦਾ ਨਾਂ ਵੀ ਨਿਕਲਿਆ ਸੀ ਮਰ ਜਾਣੇ ਤੋਂ, ਵੀ ਇਹਨੇ ਵੀ ਮਰ ਜਾਣਾ ਹਨਾ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਰਦਾ ਨਾ। ਸੋ ਜਿਹੜਾ ਸਾਡੀ ਜਿਹੜੀ ਫੋਕ ਸੋਚ ਸੀ ਵੀ ਇਹ ਬੰਦਾ ਬਚਣਾ ਨੀ ਆ ਹਨਾ, ਇਹਦਾ ਰੁਲਦੂ ਰਾਮ ਰੱਖ ਦੋ, ਇਹਦਾ ਨਾਂ ਮਾੜਾ ਰੱਖ ਦੋ, ਕੂੜਾ ਰਾਮ ਰੱਖ ਦੋ ਸ਼ਾਇਦ ਇਹ। ਪਰ ਇਹ ਹੈ ਵੀ ਜਿਹੜਾ ਨਾਂ ਵਾ, ਜਿਸ ਤਰ੍ਹਾਂ ਕਹਿੰਦੇ ਕਿ ਬਾਰ ਬਾਰ ਜਿਸ ਚੀਜ਼ ਦਾ ਉਚਾਰਨ ਹੋਣਾ ਹੈ, ਉਹਨੇ ਸਾਡੇ ਉੱਤੇ ਜਿਹਨੂੰ ਆਪਾਂ ਹਿੰਦੂ ਧਰਮ ਦੇ ਵਿੱਚ ਮੰਤਰ ਸਿਧਾਂਤ ਵੀ ਮੰਨਦੇ ਆ ਹਨਾ, ਕਿ ਮੰਤਰ ਜਿਹੜਾ ਵਾ ਬਾਰ ਬਾਰ ਕਿਸੇ ਚੀਜ਼ ਦਾ ਉਦਰਹਾਓ ਹੋਣਾ, ਉਹਦਾ ਅਸਰ ਤੇ ਹੋਣਾ ਹੀ ਹੋਣਾ। ਹੁਣ ਵੇਖੋ ਕਈ ਬੰਦੇ ਜਿਹੜੇ ਸੁਭਾਅ ਦੇ ਉਲਟ ਹੁੰਦੇ, ਨਾ ਸ਼ੇਰ ਸਿੰਘ ਹੁੰਦਾ ਤੇ ਡਰਪੋਕ ਗਿੱਦੜ ਤੋਂ ਵੀ ਹੁੰਦੇ ਆ। ਉਹ ਸਾਡੇ ਬੀਜੀ ਇੱਕ ਫੋਕ ਸਟੋਰੀ ਸੁਣਾਉਂਦੇ ਹੁੰਦੇ ਸੀ ਕਿ ਇੱਕ ਮੁੰਡਾ ਸੀ ਤੇ ਉਹਦਾ ਨਾਂ ਵਰਿਆਮ ਸਿੰਘ ਸੀ, ਉਹਦੇ ਦਾਦੇ ਨੂੰ ਚੋਰ ਪੈ ਗਏ ਤੇ ਉਹ ਆਂਦਾ ਵੀ ਭੱਜੀ ਵਰਿਆਮਾ ਭੱਜੀ, ਤੇ ਚੋਰ ਮੁੜ ਕੇ ਵੀ ਪਤਾ ਨੀ ਕਿੱਡਾ ਵਰਿਆਮ ਆ, ਤੇ ਉਹ ਆਂਦਾ ਬਾਪੂ ਆਉਣ ਡਿਆ ਵਟਾਂ ਦੇ ਬਹਿ ਕੇ, ਤੇ ਚੋਰ ਕਹਿੰਦੇ ਵੀ ਆ ਜਾਓ ਬਸ ਜਿਹੜਾ ਆ ਵੀ ਵਟਾਂ ਦੇ ਬਹਿ ਗਿਆ ਆਉਣ ਡਿਆ। ਸੋ ਇਹ ਸਾਰਾ ਕੁਝ ਜਿਹੜਾ ਸਾਡੀ ਮਾਨਸਿਕਤਾ ਦੇ ਨਾਲ, ਸਾਡੀ ਨਾਮਕਰਨ ਜਿਹੜਾ ਉਹਦਾ ਵੀ ਬੜਾ ਐਵੇਂ ਥੋੜਾ ਵੀ ਨਾਮਕਰਨ ਦਾ ਜਿਹੜਾ ਜਿਹੜਾ ਕੀਤਾ ਜਾਂਦਾ ਬੜਾ ਧਿਆਨ ਕੇ ਕਿੱਦਾਂ ਦਾ ਨਾਮ ਹੋਵੇ। ਅੱਜ ਕੱਲ ਵੇਖੋ ਲੋਕੀ ਕਿੰਨਾ ਜ਼ੋਰ ਦਿੰਦੇ, ਪਹਿਲੇ ਤੇ ਲੋਕੀ ਇੰਨੇ ਸੁਚੇਤ ਨਹੀਂ ਸੀ, ਸਿੱਧਾ ਹੀ ਨਾਂ ਰੱਖ ਦਿੰਦੇ ਸੀ, ਪਰ ਅੱਜ ਕੱਲ ਬਹੁਤ ਸੁਚੇਤ ਨੇ, ਅੱਜ ਕੱਲ ਮਾਵਾਂ ਵੀ ਬੜੀਆਂ ਸੁਚੇਤ ਨੇ। ਪਰ ਮੈਨੂੰ ਏਦਾਂ ਲੱਗਦਾ ਕਿ ਜਿਹੜਾ ਸਾਡਾ ਆਪਣਾ ਸੱਭਿਆਚਾਰ ਸੀ ਨਾ, ਜਿਹਦੇ ਚ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਕੇ ਝੋਲੀ ਚ ਪਾਉਣਾ ਕੋਈ ਸੌਖੀ ਗੱਲ ਨੀ ਹੁੰਦੀ, ਬਿਲਕੁਲ ਠੀਕ ਹੈ। ਔਰ ਉਹ ਜਿਹੜਾ ਰਣਜੀਤ ਬਾਵੇ ਦਾ ਪਿੱਛੇ ਜਿਹੇ ਇੱਕ ਸੌਂਗ ਹੈ ਕਿ ਜਿਹੜੀ ਨੇ ਪੈਦਾ ਕਰਨੇ ਸੀ ਦੂਜਾ ਰੂਪ ਬੰਦੇ, ਉਹ ਤੇ ਜਾ ਕੇ ਡੇਰਿਆਂ ਦੇ ਚੌਂਕੀਆਂ ਖੇਡਦੀ ਫਿਰਦੀ ਆ। ਸੋ ਸੋ ਮਾਂ ਜਿਹੜੀ ਹੈ ਨਾ, ਮਾਂ ਵਾਕਈ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮਾਂ ਦਾ ਤੇ ਨਾਂ ਦਾ ਜਿਹੜਾ ਬੜਾ ਇੰਪੋਰਟੈਂਟ ਰੋਲ ਹੈ ਸਾਡੀ ਲਾਈਫ ਦੇ ਵਿੱਚ। ਬੇਸ ਤੇ ਸਾਡਾ ਉਹੀ ਹੈ, ਵੇਖੋ 31 ਪੀੜ੍ਹੀਆਂ ਜੀਨਸ ਦੇ ਥਰੂ ਸਾਨੂੰ ਪ੍ਰਭਾਵਿਤ ਕਰਦੀਆਂ, 5-7 ਤੋਂ ਬਾਅਦ ਸਾਨੂੰ ਆਪਣੇ ਵੱਡੇ ਪੁਰਖਿਆਂ ਦੇ ਨਾਂ ਨੀ ਪਤਾ ਹੁੰਦੇ, ਬੱਚੇ ਦਾ ਵਿਵਹਾਰ ਕਿੰਨਾ, ਕਿੰਨੇ ਗੁਣ ਜਿਹੜੇ ਆ, ਔਗਣ ਜਿਹੜੇ ਆ, ਉਹ ਆਪਣੇ ਪੁਰਖਿਆਂ ਤੋਂ ਲੈਂਦਾ ਵਾ। ਔਰ ਜਦੋਂ ਤੁਸੀਂ ਮਿੱਟੀ ਦੀ ਗੱਲ ਆਪਾਂ ਕਰ ਰਹੇ ਸੀ, ਤੇ ਮੈਨੂੰ ਗੱਲ ਯਾਦ ਆ ਗਈ ਜਮਰੌਦ ਦੇ ਕਿਲੇ ਵਾਲੀ, ਜਦੋਂ ਹਰੀ ਸਿੰਘ ਨਲਵਾ ਉੱਥੇ ਸੀ ਹਨਾ, ਤੇ ਉਹਨੇ ਦੇਖਿਆ ਸੀ ਨਾ ਕਿ ਮਤਲਬ ਇਹ ਲੋਕ ਕਿਉਂ ਉਹਨਾਂ ਤੇ ਬਾਰ ਬਾਰ ਕਬਜ਼ਾ ਕਰਦੇ ਆ, ਫਿਰ ਇਹ ਛੁੱਟ ਜਾਂਦੇ ਆ, ਕਿਉਂਕਿ ਉਹਨਾਂ ਦੀ ਮਿੱਟੀ ਦੀ ਖਸਲਤ ਸੀ ਇਹ। ਤੇ ਫਿਰ ਉਹਨੇ ਔਰਤਾਂ ਨੂੰ ਮਿੱਟੀ ਕੁੱਟਦੇ ਵੇਖਿਆ ਸੀ, ਤੇ ਉਹਨਾਂ ਨੇ ਕਿਹਾ ਵੀ ਇਹਨੂੰ ਕਿਉਂ ਇੰਨਾ ਕੁੱਟਣ ਦੀਆਂ, ਕਹਿੰਦੀਆਂ ਤੁਹਾਨੂੰ ਮਿੱਟੀ ਇੰਨੀ ਚਿੜੀ ਆ ਵੀ ਇਹਨੂੰ ਜਦੋਂ ਤੱਕ ਚੰਗੀ ਤਰ੍ਹਾਂ ਕੁੱਟੋ ਬਣਾਓ ਨਾ ਉਦੋਂ ਤੱਕ ਸੂਤ ਨਹੀਂ ਆਉਂਦੀ। ਉੱਥੋਂ ਫਿਰ ਉਹਨੇ ਲਿਆ ਵੀ ਜਿਸ ਤਰ੍ਹਾਂ ਦੀ ਮਿੱਟੀ ਉਸੇ ਤਰ੍ਹਾਂ ਦੇ ਇਹ ਲੋਕਾਂ ਦਾ ਸੁਭਾਅ ਜਿਹੜਾ ਉਹ ਹੋਏਗਾ। ਫਿਰ ਉਹਨੇ ਉਹਨਾਂ ਲੋਕਾਂ ਨੂੰ ਸੈੱਟ ਕੀਤਾ ਸੀ। ਸੋ ਮਿੱਟੀ, ਸਾਡਾ ਕਲਾਈਮੇਟ ਕੀ, ਸਾਡੀ ਜਲਵਾਯੂ ਕੀ ਆ, ਸਾਡਾ ਵਿਵਹਾਰ ਕੀ ਆ, ਸਾਡਾ ਸੱਭਿਆਚਾਰ ਕੀ, ਉਹਦੇ ਉੱਤੇ ਸਾਰਾ ਕੁਝ ਉਸਰਨਾ ਹੈ। ਔਰ ਇਹਦੇ ਵਿੱਚੋਂ ਫਿਰ ਬੰਦੇ ਦੀ ਜਿਹੜੀ ਪਰਸਨੈਲਿਟੀ ਆ, ਤੇ ਪੰਜਾਬੀਆਂ, ਪੰਜਾਬੀ ਦੇਖੋ ਕਿਸੇ ਵੀ ਜਾਣ, ਮੈਨੂੰ ਕਈ ਵਾਰੀ ਬੜਾ ਸਾਨੂੰ ਸਾਰੇ ਪੰਜਾਬੀਆਂ ਨੂੰ ਬੜੇ ਪ੍ਰਾਊਡ ਵਾਲੀ ਗੱਲ ਹੈ ਵੀ ਆਪਾਂ ਕਿਸੇ ਹੋਰ ਕਲਚਰ ਨੂੰ ਕੋਈ ਅਪਣਾਉਣਾ ਚਾਹੇ ਜਾਂ ਨਾ ਚਾਹੇ, ਪੰਜਾਬੀਆਂ ਨੂੰ ਸਾਰੇ ਬੜੇ ਮਤਲਬ ਸਾਡਾ ਕਲਚਰ ਇੰਨਾ ਲਾਈਵ ਹੈ, ਲਾਈਵਲੀ ਆ, ਕਿ ਹਰ ਕੋਈ ਅਪਣਾਉਣਾ ਚਾਹੁੰਦਾ, ਮਾਣਦਾ, ਉਹਨੂੰ ਖੁਸ਼ ਹੁੰਦਾ ਹੈ। ਪਰ ਜਿਹੜੀਆਂ ਸਾਡੇ ਅੰਦਰ ਨੈਗੇਟਿਵ ਪੱਖ ਨੇ, ਸਾਡੇ ਮਾੜੇ ਪੱਖ ਨੇ, ਫੁਕਰਾ ਪੰਥੀ ਆ, ਇਹ ਸਾਨੂੰ ਉਹਨਾਂ ਨੂੰ ਛੱਡਣਾ ਚਾਹੀਦਾ ਵਾ, ਤੇ ਜਿਹੜੇ ਆਪਣੇ ਪੋਜ਼ਿਟਿਵ ਪੱਖ ਆ ਉਹਨਾਂ ਨੂੰ ਉਭਾਰਨਾ ਜਿਹੜਾ ਉਹ ਜਿਹੜਾ ਜ਼ਰੂਰ ਚਾਹੀਦਾ। ਬਿਲਕੁਲ, ਸਾਦਲ ਭੱਟੀ ਦਾ ਖਾਨਦਾਨ ਜਦੋਂ ਦਾ ਕੋੜਮਾ ਕਬੀਲਾ ਆਪਾਂ ਫਰੋਲਦੇ ਆ, ਕਿਉਂਕਿ ਲੋਹੜੀ ਦੇ ਨਾਲ ਜੁੜੀ ਜੁੜੀ ਗੱਲ ਆਪਾਂ ਇੱਧਰ ਵੀ ਕਰਾਂਗੇ ਤੇ ਅੱਜ ਦੇ ਕੰਸੈਪਟ 'ਚ ਵੀ ਉਹਨੂੰ ਆਪਾਂ ਨਾਲ ਨਾਲ ਦੇਖਦੇ ਰਹਾਂਗੇ ਜੀ। ਤਾਂ ਉਹ ਲੋਕ ਜਿਹੜਾ ਦੁੱਲੇ ਦਾ ਦਾਦਾ ਬਾਪ ਸਿੱਧਾ ਹਕੂਮਤ ਦੇ ਨਾਲ ਟੱਕਰ ਲੈਂਦਾ ਰਿਹਾ, ਫਿਰ ਅਬਦੁੱਲਾ ਜੰਮਦਾ, ਘੱਟ ਤਾਂ ਉਹ ਵੀ ਨਹੀਂ ਸੀ, ਆਪਦੀ ਮਾਂ ਨੂੰ ਪੁੱਛਦਾ ਬੇਬੇ ਮੇਰੇ ਪਿਓ ਦਾ ਕਾਤਲ ਕੌਣ ਸੀ। ਤਾਂ ਫਿਰ ਜਦੋਂ ਇਹ ਸਾਰੀਆਂ ਗੱਲਾਂ ਪਤਾ ਲੱਗਦੀਆਂ, ਇੱਕ ਪਾਸੇ ਤਾਂ ਡਾਕਟਰ ਸਾਹਿਬ ਇਹ ਕਹਾਣੀ ਆ ਜਾਂਦੀ ਹੈ ਕਿ ਉਦੋਂ ਬਾਅਦ ਫਿਰ ਹਥਿਆਰ ਚੱਕਣੇ ਵਾਜਬ ਨੇ, ਤੇ ਦੂਜੇ ਪਾਸੇ ਇਹ ਵੀ ਆ ਜਾਂਦਾ ਕਿ ਮੁਗਲ ਹਕੂਮਤ ਨੇ ਇੱਥੋਂ ਤੱਕ ਸੋਚਿਆ ਹੋਇਆ ਸੀ ਕਿ ਜੇ ਦੁੱਲੇ ਦੀ ਮਾਂ ਦਾ ਦੁੱਧ ਬਾਦਸ਼ਾਹ ਦੇ ਪੁੱਤ ਨੂੰ ਪਿਆਇਆ ਜਾਊਗਾ ਤਾਂ ਹਮਸ਼ੀਰ ਹੋਣਗੇ। ਇੱਕ ਤਾਂ ਇਹ ਵੀ ਹੋ ਸਕਦਾ ਕਿ ਇਹ ਦੂਜੇ ਰਾਜਾਂ ਵਰਗਾ ਲੇਜੀ ਨਹੀਂ ਹੋਊਗਾ, ਥੋੜਾ ਜਿਹਾ ਅਣਖਾਂ ਦਾ ਜਾਗ ਲੱਗੂ, ਤੇ ਦੂਜੀ ਇਹ ਵੀ ਹੋਣੀ ਹੈ ਕਿ ਬਾਗੀ ਪਰਿਵਾਰ ਦੇ ਨਾਲ ਸਾਂਝ ਵਧੂਗੀ। ਤੇ ਇੱਕ ਪਾਸੇ ਮੇਰੂ ਪੋਸ਼ਟੀ, ਤਿੰਨ ਚੀਜ਼ਾਂ ਨੂੰ ਅਸੀਂ ਖਿਆਲ ਚ ਰੱਖੀਏ ਕਿ ਮੇਰੂ ਦੇ ਹੱਥ ਦੇ ਵਿੱਚ ਡੋਡੇ ਪਹੁੰਚਾਉਣੇ, ਤੇ ਅੱਜ ਸਾਡੇ ਦੁੱਲਿਆਂ ਦੇ ਹੱਥਾਂ ਦੇ ਵਿੱਚ ਚਿੱਟਾ ਪਹੁੰਚਾਉਣਾ,
ਇਹ ਹਕੂਮਤਾਂ ਦੇਖੋ ਵੀ ਵਿਚਾਰੇ ਆ। ਇਹਦੇ ਜੇ ਆਪਾਂ ਇਤਿਹਾਸ ਵੱਲ ਨਜ਼ਰ ਮਾਰੀਏ ਤੇ ਇਹਦੇ ਰਾਜਨੀਤੀ ਇਹੋ ਜਿਹੀਆਂ ਘਟੀਆਂ ਚਾਲਾਂ ਚੱਲਦੀ ਰਹੀ ਆ। ਬਾਕੀ ਮੇਰੂ ਦੇ ਹੱਥ 'ਚ ਡੋਡੇ ਬਚਾਉਣੇ ਤੇ ਅੱਜ ਸਾਡੇ ਨੌਜਵਾਨਾਂ ਦੇ ਹੱਥ 'ਚ ਚਿੱਟਾ ਫੜਾਤਾ। ਸੋ ਦੂਸਰੇ ਪਾਸੇ ਜਦੋਂ ਬਿਜਲੀ ਖਾਂ ਜਦੋਂ ਉਹ ਪੁੱਛਦਾ ਵਾ ਹਨਾ ਬੁੱਲਾ ਨੂੰ ਪਤਾ ਨਹੀਂ ਹੁੰਦਾ, ਵੱਡੇ ਹੋ ਕੇ ਪਤਾ ਲੱਗਦਾ ਕਿ ਮੇਰਾ ਪਿਓ ਨੂੰ ਕਿਤਨਾ ਉਹਨਾਂ ਨੇ ਮਰਵਾ ਕੇ ਤੇ ਕੰਧਾਂ ਦੇ ਉੱਤੇ ਦਰਵਾਜ਼ਿਆਂ ਦੇ ਚਾਚੇ ਨੂੰ ਹਨਾ ਬਿਜਲੀ ਖਾਂ ਤੇ ਫਰੀਦ ਖਾਂ ਨੂੰ ਤੰਗ ਦਿੱਤਾ ਸੀ। ਔਰ ਫਿਰ ਉਹਨੂੰ ਜਦੋਂ ਪਤਾ ਲੱਗਦਾ ਤੇ ਫਿਰ ਉਹਦਾ ਖੂਨ ਜਿਹੜਾ ਪੂਰਾ ਉਬਾਲਾ ਖਾਂਦਾ ਹੈ ਕਿ ਮੈਂ ਹੁਣ ਬਦਲਾ ਲੈਣਾ ਹੈ। ਦੇਖੋ ਇਹ ਇਹ ਲੋਕ ਮਾਨਸਿਕਤਾ ਜਾਂ ਲੋਕ ਨਾਇਕ ਹੈ ਜਿਹੜਾ ਕਿ ਸਿਰਫ ਆਪਣੇ ਉਹਦੇ ਲਈ ਨਹੀਂ ਉਹਦੇ ਲੋਕਾਂ ਦੇ ਲਈ ਹਨਾ, ਕਿ ਉਹ ਕੋਈ ਆਪਣਾ ਦਾਰੋਮਦਾਰ ਇਕੱਠਾ ਨਹੀਂ ਕਰ ਰਿਹਾ, ਆਪਣਾ ਕੋਈ ਰਾਜਭਾਗ ਨਹੀਂ ਬਣਾ ਰਿਹਾ, ਬਲਕਿ ਉਹਦੇ ਇੱਕ ਪੰਜਾਬੀ ਜਿਹੜੀ ਮਾਨਸਿਕਤਾ ਹੈ ਕਿ ਸਾਨੂੰ ਕੋਈ ਦਬਾ ਨਹੀਂ ਸਕਦਾ ਜਾਂ ਅਸੀਂ ਈਣ ਨਹੀਂ ਕਿਸੇ ਦੀ ਮੰਨਣੀ। ਦੇਖੋ ਜੇ ਦੂਜੇ ਪਾਸੇ ਆਪਾਂ ਪੈਰਲਰ ਚੱਲਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ, ਤੇ ਤੁਸੀਂ ਦੇਖੋ ਹਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਰਿਵਾਰ ਵਿਛੋੜਾ ਪੈ ਗਿਆ, ਗੁਰੂ ਗੋਬਿੰਦ ਸਿੰਘ ਵੀ ਲੜਨਾ ਨਹੀਂ ਚਾਹੁੰਦੇ, ਉਹਨਾਂ ਨੇ ਵੀ ਕਿਹਾ ਵੀ ਚਲੋ ਮੈਂ ਇਕੱਲਾ ਵੀ ਛੱਡ ਦਿੰਦਾ ਵਾ ਹਨਾ, ਲੜਾਈ ਆਖਰੀ ਹਥਿਆਰ ਆ, ਫਿਰ ਕਿਹਾ ਵੀ ਐਂਡ ਤੇ ਹਥਿਆਰ ਚੁੱਕਣੇ ਫਿਰ ਜਾਇਜ਼ ਆ। ਤੇ ਉਹ ਜਦੋਂ ਗੁਰੂ ਜੀ ਮੈਂ ਕੀ ਗੱਲ ਕਰ ਹਾਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਹੀ ਸੀ ਕਿ ਜਦੋਂ ਉਹ ਮਤਲਬ ਐਂਡ ਵਾਲਾ ਜਿਹੜਾ ਹੈਗਾ ਉਹ ਅਪਣਾਉਂਦੇ ਆ, ਤੇ ਜਦੋਂ ਗੁਰੂ ਜੀ ਸਾਰੀਆਂ ਮਤਲਬ ਬੱਚੇ ਸ਼ਹੀਦ ਹੋ ਜਾਂਦੇ ਆ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ 'ਚ, ਤੇ ਉਹਨਾਂ ਨੂੰ ਮਿਲਦੇ ਆ ਮੁਗਲ ਕਿ ਕਹਿੰਦੇ ਮਹਾਰਾਜ ਤੁਹਾਡਾ ਸਮਝੌਤਾ ਕਰਾ ਦਿੰਦੇ ਅਸੀਂ ਕਿ ਤੁਸੀਂ ਹਾਰ ਤੇ ਗਏ ਹੋ। ਜਿਹੜਾ ਸਿੱਖੀ ਦਾ ਫਲਸਫਾ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਹਾਰ ਗਿਆ, ਮੈਂ ਹਾਰ ਮੰਨੀ ਤੇ ਨਹੀਂ ਆ ਸਹੀ ਹਨਾ, ਹਾਰ ਮੰਨਣਾ ਹਨਾ, ਫਿਰ ਜਿਸ ਤਰ੍ਹਾਂ ਕੁੱਕਨਸ ਉੱਠਦਾ ਹੈ ਉਸੇ ਤਰ੍ਹਾਂ ਹੀ ਕਿੱਦਾਂ ਗੁਰੂ ਗੋਬਿੰਦ ਸਿੰਘ ਨੇ ਫਿਰ ਸਾਰਾ ਕੁੱਝ ਜਦੋਂ ਹੋਇਆ ਕਿੱਦਾਂ ਫਿਰ ਉੱਥੇ ਜਾ ਕੇ ਬੰਦੇ ਬਹਾਦਰ ਨੂੰ ਇੱਧਰ ਭੇਜਿਆ ਔਰ ਉਹ ਸਾਰਾ ਫਿਰ ਇੱਕ ਵਾਰੀ ਜਹੋ ਜਲਾਲ ਆਪਣਾ ਦਿਖਾਇਆ। ਸੋ ਹਾਰ ਜਾਣ ਤੇ ਹਾਰ ਸਿੱਖੀ ਦਾ ਫਲਸਫਾ ਹੀ ਇਹ ਆ ਕਿ ਹਾਰ ਮੰਨਣੀ ਨਹੀਂ, ਹਾਰਨਾ ਨਹੀਂ, ਆਪਣੀ ਜਿਹੜੀ ਆਖਰੀ ਸਾਹ ਤੱਕ ਹਨਾ ਜਿਹੜਾ ਉਹ ਲੜਨਾ ਜੂਝਣਾ ਆਪਣੇ, ਔਰ ਨਿਰਸਵਾਰਥ ਸਵਾਰਥ ਨਾਲ ਜੁੜ ਕੇ ਔਰ ਇੱਕ ਨਿਰਸਵਾਰਥ। ਸੋ ਇਹੀ ਇਹੀ ਪੰਜਾਬ ਦੀ ਖਸਲਤ ਆ, ਇਹੀ ਇਹੀ ਦੁੱਲੇ ਦੀ ਖਸਲਤ ਆ, ਔਰ ਇਹੀ ਸਾਡੇ ਸਾਡੀ ਮਾਨਸਿਕਤਾ ਦੀ ਖਾਸੀਅਤ। ਪੰਜਾਬ ਨੂੰ ਉਜਾੜਨ ਦੇ ਯਤਨ ਕੀਤੇ ਔਰ ਪੰਜਾਬ ਸਮੇਂ ਸਮੇਂ ਦੇ ਉੱਤੇ ਕੂਕਨਸ ਹੀ ਬਣਿਆ, ਤੇ ਕੂਕਨਸ ਦੀ ਕਥਾ ਵੀ ਡਾਕਟਰ ਸਾਹਿਬ ਜ਼ਰੂਰ ਸਾਂਝੀ ਕਰ ਦਿਓ ਜੀ, ਕੁਛ ਕੁ ਸਰੋਤੇ ਹੋਣਗੇ ਸ਼ਾਇਦ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ, ਕਿਉਂਕਿ ਕਈ ਵਾਰੀ ਨਹੀਂ ਧਿਆਨ ਕਹਿੰਦੇ ਜਿਹੜਾ ਪੰਛੀ ਜਿਹੜਾ ਉਹ ਸੜ ਜਾਂਦਾ ਆਪਣੀ ਰਾਖ ਦੇ ਵਿੱਚੋਂ ਫਿਰ ਦੁਬਾਰਾ ਉੱਠਦਾ ਹੈ ਹਨਾ, ਔਰ ਇਹ ਸਾਰੀ ਗੱਲਬਾਤ ਹੈ। ਔਰ ਮੈਨੂੰ ਏਦਾਂ ਲੱਗਦਾ ਕਿ ਅਸੀਂ ਪੰਜਾਬ ਵਿਚਾਰਾ ਤੇ ਵਾਕਈ ਕੁਕਨਸ ਆ, ਸੜ ਸੜ ਕੇ ਫਿਰ ਉੱਠਦਾ ਰਿਹਾ ਵਾ, ਔਰ ਪੰਜਾਬ ਨੂੰ ਤੇ ਬਹੁਤ ਕਹਿ ਲਓ ਵੀ ਸੱਟਾਂ ਵੱਜੀਆਂ ਨੇ, ਸ਼ੁਰੂ ਤੋਂ ਵੱਜਦੀਆਂ ਰਹੀਆਂ ਨੇ। ਔਰ ਜੇ ਤੁਸੀਂ ਪੁਰਾਣੇ ਸਮੇਂ ਤੋਂ ਲੈ ਲਓ, ਰਣਜੀਤ ਸਿੰਘ ਤੋਂ ਪਹਿਲਾਂ ਲੈ ਲਓ ਜਦੋਂ ਸਾਡੀਆਂ ਮਿਸਲਾਂ ਸੀ, ਔਰ ਕਿੱਦਾਂ ਮਿਸਲਾਂ ਤੋਂ ਵੀ ਪਹਿਲਾਂ ਲਓ, ਕਿੱਦਾਂ ਪਠਾਨ ਤੇ ਨਾਦਰ ਸ਼ਾਹ ਤੋਂ ਤੁਸੀਂ ਹਮਲੇ ਤੋਂ ਸ਼ੁਰੂ ਕਰੋ ਤੇ ਕਿੱਦਾਂ ਕਿੱਦਾਂ ਹਮਲਾਵਰ ਆਇਆ, ਅਬਦਾਲੀ ਆਇਆ, ਔਰ ਹਰ ਇੱਕ ਨੇ ਇਹਨੂੰ ਲੁੱਟਿਆ, ਫਿਰ ਅੰਗਰੇਜ਼ ਆਏ ਤੇ ਕਿੱਦਾਂ ਦੀਆਂ ਕੋਝੀਆਂ ਚਾਲਾਂ ਆ ਗਈਆਂ। ਸਾਡੀ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਨਾ ਰਾਜਨੀਤੀ ਦੇ ਪੱਖੋਂ ਬਹੁਤੇ ਸਫਲ ਨਹੀਂ ਹੈਗੇ। ਸਹੀ ਹੈ, ਅਸੀਂ ਰਾਜਨੀਤੀ ਕਰਨੀ ਵੀ ਨਹੀਂ ਜਾਣਦੇ ਤੇ ਸਮਝਣੀ ਤਾਂ ਪਰਾਂ ਦੀ ਗੱਲ ਹੈ ਮੇਰੇ ਖਿਆਲ। ਹਾਂਜੀ, ਔਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਰਹਿਤਨਾਮਿਆਂ ਦੇ ਵਿੱਚ ਇੱਕ ਗੱਲ ਕਹੀ ਹੋਈ ਹੈ ਕਿ ਸਿੱਖ ਨੂੰ ਰਾਜਨੀਤੀ ਦੀ ਵੀ ਸਮਝਾਉਣੀ ਜ਼ਰੂਰੀ ਆ। ਤੇ ਸਾਡਾ ਦੁਖਾਂਤ ਇਹ ਰਿਹਾ ਵਾ ਕਿ ਜਿੱਦਾਂ ਉਹ ਕਹਿੰਦਾ ਨਾ ਸ਼ਾਹ ਮੁਹੰਮਦ ਕੇ ਸ਼ਾਹ ਮੁਹੰਮਦ ਆ, ਇੱਕ ਸਰਕਾਰ ਵਜੋਂ ਤੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਸਾਡੇ ਕੋਲ ਯੋਗ ਲੀਡਰ ਹੀ ਨਹੀਂ ਰਹੇ, ਸਾਡੇ ਸਾਡੇ ਲੀਡਰ ਹੀ ਵਿਕਾਊ ਰਹੇ ਆ, ਜਾਂ ਉਹ ਸਾਡੇ ਪ੍ਰਤੀ ਕਿੰਨੇ ਕੁ ਸਿੰਸੀਅਰ ਹੀ ਹਨਾ, ਜਾਂ ਪੰਜਾਬ ਦੇ ਕਿੰਨੇ ਕੁ ਮਤਲਬ ਸਾਨੂੰ ਇੱਥੋਂ ਇਹ ਵੀ ਲੱਗਦਾ ਨਾ ਕਿ ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬੀ ਵਿਕਾਊ ਮਾਲ ਆ, ਹਾਲਾਂਕਿ ਸਾਡੇ ਲੀਡਰ ਵਿਕਦੇ ਆ, ਲੋਕ ਤਾਂ ਪੰਜਾਬੀ ਲੋਕ ਨਹੀਂ। ਹਾਂ, ਔਰ ਜਿਹੜੀ ਆਪਾਂ ਸਿੱਧੂ ਸਾਹਿਬ ਤੁਸੀਂ ਸਿਕੰਦਰ ਪੁਰਸ ਦੀ ਗੱਲ ਕਰ ਰਹੇ ਸੀ, ਵੇਖੋ ਵੀ ਇਹ ਪੁਰਸ ਤੇ ਜਿੱਤਿਆ ਸੀ ਉਹਨੂੰ ਤੇ ਹਰਾ ਦਿੱਤਾ, ਜਿਹੜੇ ਉਹਦੇ ਨਾਲ ਸਿਕੰਦਰ ਦੇ ਇਤਿਹਾਸਕਾਰ ਤੁਰੇ ਫਿਰਦੇ ਸੀ ਮਤਲਬ ਜੋ ਲਿਖ ਕੇ। ਸੋ ਮੀਡੀਆ ਜਿਹੜਾ ਉਹ ਕੀ ਰੋਲ ਪਲੇ ਕਰ ਰਿਹਾ ਉਸ ਟਾਈਮ ਦਾ, ਮੀਡੀਆ ਉਹ ਸੀ ਗੋਦੀ ਮੀਡੀਆ ਸੀ ਉਹਨਾਂ ਦਾ। ਹਾਂ, ਔਰ ਸਿਕੰਦਰ ਨੇ ਵੇਖੋ ਜਦੋਂ ਸਿਕੰਦਰ ਦੀ ਡੈਥ ਹੋਈ ਆ ਤੇ ਉਹਨੇ ਕੀ ਕਿਹਾ, ਮੈਨੂੰ ਉਹ ਗੱਲ ਬੜੀ ਅੱਛੀ ਲੱਗਦੀ ਆ, ਕਹਿੰਦਾ ਜਦੋਂ ਮੈਂ ਮਰਾਂ ਤੇ ਚਾਰੇ ਜਿਹੜੇ ਹਕੀਮ ਨੇ ਦੁਨੀਆਂ ਦੇ ਮੇਰੇ ਅਹਿਮ, ਉਹ ਮੇਰਾ ਜਨਾਜ਼ਾ ਚੁੱਕਣ, ਸਾਰੀ ਮੇਰੀ ਦੌਲਤ ਜਿਹੜੀ ਉਹ ਮੇਰੇ ਪੈਰਾਂ 'ਚ ਵਿਛਾਈ ਜਾਵੇ ਜਿੱਥੋਂ ਮੇਰਾ ਜਨਾਜ਼ਾ ਨਿਕਲੇ, ਤੇ ਦੋਵੇਂ ਹੱਥ ਮੇਰੇ ਕਫਨ ਤੋਂ ਬਾਹਰ ਰੱਖੇ ਜਾਣ। ਇੰਨਾ ਪੈਸਾ ਹੋਣ ਦੇ ਬਾਵਜੂਦ, ਇੰਨੇ ਹਕੀਮ ਤੇ ਸਾਰਾ ਕੁਛ ਹੋਣ ਦੇ ਬਾਵਜੂਦ ਮੈਂ ਦੁਨੀਆਂ ਤੋਂ ਖਾਲੀ ਹੱਥ ਜਾ ਰਿਹਾ। ਅਸਲ 'ਚ ਬੰਦੇ ਦੀ ਰਿਐਲਿਟੀ ਤੇ ਇਹੋ ਹੀ ਆ, ਪਰ ਅਸੀਂ ਪਤਾ ਨੀ ਭੱਜੇਗਾ ਦੇ ਮਗਰ ਫਿਰਦੇ ਹਾਂ। ਨੋ ਡਾਊਟ ਸਾਨੂੰ ਆਪਣਾ ਕਰਮ ਜਿਹੜਾ ਉਹ ਸਹੀ ਕਰਨਾ ਚਾਹੀਦਾ। ਕਈ ਵਾਰੀ ਤੇ ਮੈਂ ਸੋਚਦੀ ਹਾਂ, ਇੱਕ ਦਿਨ ਮੈਂ ਸੋਚ ਰਹੀ ਸੀ ਬੈਠੀ ਕਿ ਵੇਖੋ ਅਸੀਂ ਕਰੋੜਾਂ ਸਾਲਾਂ ਤੋਂ ਅਰਬਾਂ ਸਾਲਾਂ ਤੋਂ ਦੁਨੀਆਂ ਚੱਲ ਰਹੀ ਆ ਤੇ ਗਾਂ ਵੀ ਚੱਲਣੀ ਆ, ਅਸੀਂ ਤੇ ਇੱਕ ਛੋਟੀ ਜਿਹੀ ਇੱਕ ਕੜੀ ਆ। ਬਿਲਕੁਲ,
ਕੁਝ ਸਾਲਾਂ ਲਈ ਆਏ ਆ ਤੇ ਉਹਨੂੰ ਚਾਣੀ ਜੀ ਨੂੰ ਫੜ ਕੇ ਬਹਿ ਗਏ ਵੀ ਪਤਾ ਨਹੀਂ ਇਹੋ ਹੀ ਅੰਤਮ ਸੱਚ ਆ ਤੇ ਇਹੋ ਹੀ ਇੰਨਾ ਅਸੀਂ ਤੇ ਸਿਰਫ ਉਹਨੂੰ ਆਪਣਾ ਇੱਕ ਗੱਲ ਟਾਈਮ ਜੇ ਆਪਾਂ ਇਹਨੂੰ ਠੇਠ ਚ ਕਹਿਣਾ ਹੋਵੇ ਜਿਵੇਂ ਗੱਡੇ ਦੇ ਥੱਲੇ ਕੁੱਤਾ ਤੁਰਿਆ ਜਾਂਦਾ ਹੁੰਦਾ, ਉਹਨੂੰ ਲੱਗਦਾ ਹੁੰਦਾ ਹਾਂਜੀ ਸਾਰਾ ਕੁਝ ਮੇਰੇ ਕਰਕੇ ਚੱਲ ਰਿਹਾ, ਹਾਲਾਂਕਿ ਜਿਹੜਾ ਕੁੱਤਾ ਹੁੰਦਾ ਉਹਨੂੰ ਛਾਂ ਮਿਲ ਰਹੀ ਹੁੰਦੀ ਆ ਉਸ ਗੱਡੇ ਦੀ। ਹਾਂਜੀ ਹਾਂਜੀ ਬਸ ਉਹ ਅਸੀਂ ਵੀ ਉਹ ਛਾਂ ਹੀ ਮਾਣ ਰਹੇ ਜੇ ਤੇ ਬਾਕੀ ਖਸਮੇ ਨਦਰੀ ਕੀੜਾ ਆਵੇ ਤੇ ਜਿੱਤੇ ਚੁਗੇ ਦਾਣੇ ਜੀ। ਤੇ ਹਾਂਜੀ ਦਰਸਾ ਨਾਲ ਜਦੋਂ ਅਸੀਂ ਸਾਰੀਆਂ ਗੱਲਾਂ ਕਰਦੇ ਹਾਂ ਪੰਜਾਬੀ ਫਿਲਾਸਫੀ ਦੀ ਗੱਲ ਕਰਦੇ ਹਾਂ, ਮਾਨਸਿਕਤਾ ਦੇ ਨਾਲ ਜੁੜ ਜਾਂਦੇ ਹਾਂ, ਜੁਝਾਰੂ ਲੋਕਾਂ ਦੀ ਗੱਲ ਹੁੰਦੀ ਹੈ ਤੇ ਜਿਹੜੀਆਂ ਬਾਕੀ ਹਕੂਮਤਾਂ ਨੇ ਸਮੇਂ ਸਮੇਂ ਦੀਆਂ ਪਹਿਲਾਂ ਦੀਆਂ ਹੁਣ ਦੀਆਂ ਤੇ ਉਹ ਚਾਲਾਂ ਤਾਂ ਚੱਲਦੀਆਂ ਨੇ, ਔਰ ਇੱਕ ਜਿਹੜੀ ਚਾਲ ਹੈ ਅੰਗਰੇਜ਼ਾਂ ਨੇ ਚੱਲੀ ਉਹਨੇ ਸਾਡੀ ਪੰਜਾਬੀਆਂ ਦੀ ਚਾਲ ਉਖਾੜ ਕੇ ਰੱਖਤੀ। ਫੌਜ ਦੇ ਵਿੱਚੋਂ ਕੁਛ ਇਹੋ ਜਿਹੇ ਬੰਦੇ ਲੱਭੇ, ਉਹਨਾਂ ਨੂੰ ਸੰਤ ਬਣਾ ਕੇ ਪੇਸ਼ ਕਰ ਦਿੱਤਾ, ਡੇਰਾਵਾਦ ਜਿਹੜਾ ਪੈਦਾ ਕਰਤਾ। ਉੱਥੋਂ ਤੱਕ ਵੀ ਸਾਡੀ ਸੋਚ ਨੀ ਪਹੁੰਚੀ ਕਿ ਯਾਰ ਇਹ ਕੀ ਸਿਸਟਮ ਸੀਗਾ, ਨਾ ਤਾਂ ਹੁਣ ਵਾਲੇ ਪਹੁੰਚਦੇ ਆ, ਡੇਰੇ ਨੂੰ ਕਿਸੇ ਨਾ ਕਿਸੇ ਨੂੰ ਮੰਨੀ ਜਾਂਦੇ, ਉਹ ਦੂਜਿਆਂ ਨੂੰ ਮਾੜਾ ਕਹੀ ਜਾਂਦੇ ਕਹਿਣਗੇ ਸਾਡੇ ਵਾਲਾ ਤਾਂ ਠੀਕ ਹੈ। ਦੇਖੋ ਸਿੱਧੂ ਸਾਹਿਬ ਮੈਂ ਇੱਕ ਦਿਨ ਸੋਚ ਰਹੀ ਸੀ ਕਿ ਜੋ ਸਾਡੇ ਸਿੱਖੀਜ਼ਮ ਦੇ ਵਿੱਚ ਵੀ ਪਖੰਡਵਾਦ ਆ ਗਿਆ ਤੇ ਮੈਨੂੰ ਏਦਾਂ ਲੱਗਦਾ ਕਿ ਬਾਬਾ ਨਾਨਕ ਵੀ ਕਿਤੇ ਪਰਤੇ ਨਾ ਤੇ ਉਹਨੇ ਆਖਣਾ ਵੀ ਮੈਂ ਤੇ ਇਹਨਾਂ ਨੂੰ ਕੱਲ ਰਾਤੀ ਸੁਪਨੇ ਦੇ ਵਿੱਚ ਮਿਲ ਕੇ ਬਾਬਾ ਨਾਨਕ ਰੋਇਆ, ਮੈਂ ਤੇ ਤੈਨੂੰ ਮੁਕਤ ਸੀ ਕੀਤਾ, ਤੂੰ ਕਿੰਜ ਬੰਦੀ ਹੋਇਆ। ਵੀ ਬਾਬੇ ਨਾਨਕ ਨੇ ਤਾਂ ਸਾਨੂੰ ਮੁਕਤ ਕੀਤਾ ਸੀ ਇਹਨਾਂ, ਮੈਂ ਕਹਿੰਦੀ ਗੁਰੂ ਨਾਨਕ ਸਾਹਿਬ ਜਿੰਨਾ ਤਰਕ ਕੋਈ ਬੰਦਾ ਨਹੀਂ ਦੇ ਸਕਦਾ ਦੁਨੀਆ ਦੀ ਦੁਨੀਆ ਤੇ, ਜਿੰਨਾ ਉਹਨਾਂ ਨੇ ਲੌਜਿਕ ਦੇ ਨਾਲ ਗੱਲ ਕੀਤੀ ਹੈ, ਜਿੰਨਾ ਵੱਡਾ ਉਹਨਾਂ ਨੇ ਲੌਜਿਕ ਸਿਰਜਿਆ ਹੈ। ਔਰ ਸਾਡੇ ਸਾਹਮਣੇ ਇੱਕ ਬੜਾ ਵੱਡਾ ਟੈਕਸਟ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ, ਹਨਾ, ਕਿ ਅਸੀਂ ਉਹਦੇ ਤੋਂ ਹੀ ਸੇਧ ਲਈਏ, ਪਰ ਅਸੀਂ ਤੇ ਉਹਨੂੰ ਮੱਥੇ ਟੇਕਣ ਦੇ ਵਿੱਚ ਹੀ ਰਹਿ ਗਏ ਜੋ ਵਿੱਚ ਬਾਬੇ ਨੇ ਕਿਹਾ ਉਹਦੇ ਉੱਤੇ ਤੇ ਚੱਲੇ ਹੀ ਨਾ, ਸਹੀ ਹਨਾ। ਤੇ ਜਿਹੜਾ ਡੇਰਾਵਾਦ ਆ ਇਹ ਵੀ ਤੇ ਸਾਰੇ ਵੇਖੋ ਜੀ ਵੱਖ ਵੱਖ ਡੇਰਿਆਂ ਦੇ ਵੱਖ ਵੱਖ ਤਰ੍ਹਾਂ ਦੇ ਨੋਮਸ, ਜੋ ਜੋ ਮੈਂ ਕਹਿੰਦੀ ਹਾਂ ਵੀ ਸਿੱਖੀਜ਼ਮ ਦੇ ਵਿੱਚ ਬ੍ਰਾਹਮਣਵਾਦ ਨੇ ਘੋਲ ਦਿੱਤਾ ਉਹ ਸਾਰਾ ਕੁਛ, ਜੋ ਜਿੰਨਾ ਚੀਜ਼ਾਂ ਦਾ ਵਿਰੋਧ ਕੀਤਾ ਗਿਆ ਉਹ ਸਾਰੀਆਂ ਉਹਦੇ ਚ ਆ ਗਈਆਂ। ਔਰ ਜੀ ਸਾਡੇ ਚ ਇੱਦਾਂ ਕਰਦੇ ਆ ਜੀ, ਵੱਖਰੇ ਵੱਖਰੀਆਂ ਮਰਿਆਦਾਵਾਂ ਬਣਾ ਦਿੱਤੀਆਂ ਗਈਆਂ ਨੇ, ਹਨਾ। ਗੁਰੂ ਸਾਹਿਬ ਦੀ ਇੱਕੋ ਹੀ ਮਰਿਆਦਾ ਸੀ, ਕੋਈ ਮਰਿਆਦਾ ਵੱਖਰੀ ਜਿਹੜੀ ਆ ਉਹ ਨਹੀਂ ਸੀ ਜੀ। ਹੁਣ ਹੁਣ ਕੀ ਹੋਇਆ ਨਾ ਕਿ ਆ ਬੀਤੇ ਦਿਨੀ ਭਾਰਤ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬੀਰ ਬਾਲ ਦਿਵਸ ਹੈ ਜਿਹੜਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਕਿ ਇਹ ਦਿਵਸ ਮਨਾਇਆ ਜਾਇਆ ਕਰੂ 26 ਦਸੰਬਰ ਨੂੰ। ਵੱਖ ਵੱਖ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਤੇ ਇੱਕ ਸ਼੍ਰੋਮਣੀ ਕਮੇਟੀ ਤੇ ਇੱਕ ਫੈਡਰੇਸ਼ਨ ਦਾ ਆਗੂ ਹੈ, ਉਹ ਦੋਨਾਂ ਦੇ ਨਾਲ ਸੰਬੰਧਿਤ ਹੈ, ਹੁਣ ਤਾਂ ਬਾਦਲਿਆਂ ਨਾਲ ਵੀ ਹੈ। ਉਹਨੇ ਬਾਕੀ ਸਾਰੀਆਂ ਗੱਲਾਂ ਤਾਂ ਕਹੀਆਂ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਨਾ ਨਹੀਂ ਹੋਣਾ ਚਾਹੀਦਾ ਜਾਂ ਹੋਰ ਹੈ, ਚਲੋ ਜੀ ਆਦਤ ਹੀ ਹੈ, ਕਹਿੰਦੇ ਸਿੱਖ ਇਤਿਹਾਸ ਦੇ ਨਾਲ ਮੰਨਦੇ ਵੀ ਆ। ਨਾਲ ਕਿਹਾ ਕਿ ਸ਼੍ਰੋਮਣੀ ਕਮੇਟੀ ਇਤਿਹਾਸ ਬਚਾਉਣ ਦੇ ਵਾਸਤੇ ਸੰਘਰਸ਼ ਕਰਦੀ ਹੈ ਜਾਂ ਕੁਛ ਹੋਰ ਹੈ, ਤਾਂ ਮੈਨੂੰ ਨਾਲ ਦੀ ਨਾਲ ਹੀ ਉਸ ਕਿਸੇ ਹੋਰ ਰੇਡੀਓ ਤੇ ਸੀ, ਕਿਸ ਰੇਡੀਓ ਹੋਸਟ ਨੇ ਕਿਹਾ ਜੀ ਤੁਹਾਡਾ ਤੁਸੀਂ ਕੀ ਕਹਿਣਾ ਚਾਹੋਗੇ। ਮੈਂ ਕਿਹਾ ਸ਼੍ਰੋਮਣੀ ਕਮੇਟੀ ਕੋਈ ਹੈ ਜਿਹਨੇ ਸਾਡੇ ਇੱਥੇ ਅੱਖਾਂ ਮੀਚ ਕੇ ਉਹ ਕਿਤਾਬਾਂ ਵੀ ਪਬਲਿਸ਼ ਕਰਤੀਆਂ ਜਿਹੜੀਆਂ ਸਾਡੇ ਸਿੱਖ ਧਰਮ ਦੇ ਵਿਰੁੱਧ ਜਾਂਦੀਆਂ। ਬੜਾ ਕੁਛ ਉੱਥੇ ਇਹੋ ਜਿਹਾ ਉਹਨਾਂ ਨੇ ਘਪਲ ਚੌਦੇ ਕਰਤੀ ਹੈ ਕਿ ਹੁਣ ਪਤਾ ਹੀ ਨਹੀਂ ਲੱਗਦਾ ਕਿ ਅਖੀਰ ਦੇ ਵਿੱਚ ਇਤਿਹਾਸ ਕਿਹੜਾ। ਅਗਲਾ ਕਹੂਗਾ ਸ਼੍ਰੋਮਣੀ ਕਮੇਟੀ ਤੋਂ ਛਪਿਆ, ਇਹ ਤਾਂ ਗਲਤ ਨਹੀਂ ਨਾ ਹੋ ਸਕਦਾ। ਤੇ ਇੱਥੇ ਬਲਦੇਵ ਸਿੰਘ ਸੱਚ ਸਰ ਕੇ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਲਿਆ ਕੇ ਰੱਖਦੇ, ਉਹਨਾਂ ਨੂੰ ਪੜਚੋਲਣ ਦਾ ਵੇਲ ਜਾਂ ਸਮਾਂ ਕਿਹਦੇ ਕੋਲ ਹੈ। ਬਿਲਕੁਲ ਸਿੱਧੂ ਸਾਹਿਬ, ਦੂਸਰੀ ਗੱਲ ਇਹ ਆ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ ਨਾ 24 ਨਵੰਬਰ ਸ਼ਾਇਦ ਉਹ ਦਿਨ ਆ, ਤੇ ਉਸ ਦਿਨ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ 1948 ਵਿੱਚ UNO ਨੇ ਕਿਹਾ ਕਿ ਅਸੀਂ ਇਸ ਦਿਨ ਨੂੰ ਨਾ ਵਰਲਡ ਦੇ ਉਹਦੇ ਦਿਨ ਤੇ ਤੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਮਨਾਉਣਾ ਹੈ, ਵਿਸ਼ਵ ਦੇ ਦਿਵਸ ਦੇ ਤੌਰ ਤੇ ਦੂਸਰੇ ਧਰਮ ਦੇ ਲਈ ਸ਼ਹੀਦੀ ਦਿੱਤੀ। ਤੇ ਉਦੋਂ ਜਿਹੜੇ ਉਹਨਾਂ ਨੂੰ ਬੜੀ ਪ੍ਰੋਬਲਮ ਹੋਈ ਸੀ ਸਾਡੇ ਨਹਿਰੂ ਜੀ ਨੂੰ, ਸਿੱਖ ਧਰਮ ਜਿਹੜਾ ਇੰਟਰਨੈਸ਼ਨਲ, ਮੈਨੂੰ ਲੱਗਦਾ ਸਾਡੀ ਬੜੀ ਛੋਟੀ ਤੇ ਘਟੀਆ ਸੋਚ ਹੁੰਦੀ ਆ ਜਦੋਂ ਅਸੀਂ ਕਹਿੰਦੇ ਦੂਜਿਆਂ ਨਾਲ ਅੱਗੇ ਲੰਘ ਗਏ, ਠੀਕ ਹੈ ਜੀ। ਤੇ ਮੰਨੂ ਸਾਡੀ ਯਾਤਰੀ ਦੇ, ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਸਮਾਣੇ ਹੋਏ, ਕਿਸੇ ਨੂੰ ਕੱਟ ਕੇ ਕਿਸੇ ਨੂੰ ਪਿੱਛੇ ਕਰਕੇ ਪਿੱਛੇ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ, ਬਾਕੀ ਇਸ ਗੱਲ ਦੇ ਉੱਤੇ ਵੀ ਬੜੀ ਪੋਲਿਟਿਕਸ ਕੀਤੀ ਜਾ ਰਹੀ ਬੀਰ ਬਾਲ ਦਿਵਸ ਤੇ, ਮੈਂ ਕਹਿੰਦੀ ਹਾਂ ਵੀ ਇਹਦੇ ਤੇ ਸਾਹਿਬਜ਼ਾਦਾ ਦਿਵਸ ਰੱਖ ਦਿੰਦੇ ਨਾ, ਨਾਲੇ ਤੇ ਸਾਹਿਬਜ਼ਾਦਿਆਂ ਨੂੰ ਯਾਦ ਰਹਿੰਦਾ, ਸਾਹਿਬਜ਼ਾਦਿਆਂ ਦਾ ਸਾਰਿਆਂ ਨੂੰ ਪਤਾ ਹਨਾ ਬੀਰ ਬਾਲ ਦਿਵਸ ਦੇ ਨਾਲੋਂ। ਸੋ ਉਹੀ ਗੱਲ ਹੈ ਵੀ ਉਹਨੂੰ ਤੋੜ ਮਰੋੜ ਕੇ ਉਹਦੇ ਉੱਤੇ ਪੋਲੀਟਿਕਸ ਕਰੇ, ਚਾਹੇ ਕੋਈ ਹਿੰਦੂ ਕਰੇ ਤੇ ਚਾਹੇ ਸਿੱਖ ਪੋਲੀਟਿਕਸ ਕਰਨ, ਮੈਨੂੰ ਲੱਗਦਾ ਕਿ ਧਰਮ ਦੇ ਉੱਤੇ ਪੋਲੀਟਿਕਸ ਕਰਨੀ ਹੀ ਨਹੀਂ ਚਾਹੀਦੀ। ਔਰ ਜਿਹੜਾ ਕਹਿੰਦੇ ਨਾ ਵੀ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਮੈਂ ਕਹਿੰਦੀ ਮਜ਼ਹਬ ਹੀ ਹੈ ਸਿਖਾਤਾ ਆਪਸ ਮੇਂ ਬੈਰ ਰੱਖਣਾ। ਬਿਲਕੁਲ, ਜਦੋਂ ਅਸੀਂ ਮਜ਼ਹਬੀ ਕੱਟੜਤਾ ਤੋੜਦੇ ਹਾਂ ਇਹੀ ਕੁਛ ਹੁੰਦਾ। ਹਾਂ, ਜਦੋਂ ਕੱਟੜਤਾ ਵਾਲੇ ਪਾਸੇ ਤੁਰ ਪਈਏ, ਠੀਕ ਹੈ। ਦੇਖੋ ਜਿਹੜਾ ਵੀ ਬੰਦਾ ਕੱਟੜ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਸਿੱਖ ਆ, ਚਾਹੇ ਉਹ ਮੁਸਲਿਮ ਆ, ਚਾਹੇ ਉਹ ਈਸਾਈ ਆ, ਚਾਹੇ ਉਹ ABC ਕੋਈ ਵੀ ਆ, ਉਹ ਗਲਤ ਹੈ ਸੋਸਾਇਟੀ ਦੇ ਲਈ, ਸਮਾਜ ਦੇ ਲਈ। ਸਾਡੇ ਗੁਰੂ ਸਾਹਿਬਾਨ ਨੇ ਤੇ ਸਾਨੂੰ ਮਾਨਵਤਾ ਨੂੰ ਪਿਆਰ ਕਰਨ ਦਾ ਸਬਕ ਸਿਖਾਇਆ।
और उन्होंने जो क्या जिंदगी दे चो किता भी करके दिखाया, थ्योरी और प्रैक्टिकल सिर्फ उन्होंने सिर्फ किया ही नहीं, उहदे उत्ते अमल भी किया, और अमल करन दे लई बड़ी वड्डियां कुर्बानियां देनियां पईयां उन्हां नूं। जी और फिर कितने जाके जड़ा ये सिख धर्म होने दे आया। पर फिर आप किस पासे नूं तुर पे, फिर आप जिथे बाबे नानक ने पंडित दा विरोध किया उथे हुण वो जगह बाबे ने लै ली गुरुद्वारे दे, सही है। जिथे काजी दा विरोध किया उथे हुण वो बाबा, फर्क की रह गया, फर्क ते कोई भी नहीं रह गया। नारियल तो लगे लोकी तो होता तो मतलब कि बड़ा कुछ पाठ रख निकले। लेंदे आ, सुनदा कोई हैगा नहीं आ, ते बाबा पाठ करके ते अपनी दक्षिणा लै के ते चल जांदे आ। तुसीं दसो भी उहदा लाभ की आ, है ना। और जे तुसीं वो खुद पाठ करो, कोई सिद्धू सर वेखो कोई काम मैं करना, जिन्नी श्रद्धा ना जिन्नी भावना ना मैं करना, कोई मेरा किदां कर सकदा, सही है। ठीक है ना। जेहड़ा पाठ मैं करांगी ते मैं किसी नूं पैसे दे के कराना, ओ मैनूं किदां लग जाएगा, नहीं लगेगा ना। जी जी बिल्कुल सो ये सारियां गल्लां सानूं अपने, मैनूं लगदा भी अहीं साडा सब तों वड्डा दुखांत इह आ, लोकां दे कोई शेक्सपियर होया कोई होया विद्वान, ते उहनां ने पता नहीं वर्ल्ड तक फेमस कर छड्डे ट्रांसलेशनां कर करके, जी साडा एडा नुकसान है। साडे कोल इन्ने इन्ने तकड़े फिलासफर, इन्ने इन्ने गुरुआं दी आइडियोलॉजी वधिया, और अहीं उहनां नूं विश्व पद्धर ते पेश ही नहीं कर सके। अहीं बिल्कुल उहनां नूं विश्व पद्धर ते पेश की करना ही, उहनां नूं छोटा ही कर दित्ता। हां, बिल्कुल। हुण सिक्खी यही नाल गल जोड़ है के, पंजाब नाल जी। जोड़ के, ते ओ गल है भी गुरु 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 साहब कहिंदे आ भी ए वड ऊंचा होवे कोई ते तिस ऊंचे को जाने सोए, ओडी समझ होण लई भी ते ओडी समझ चाहीदी ते फिर ही समझ आउणा। बिल्कुल डॉक्टर साहब, वही गल है ना कि जो हम कंसैप्ट की गल करते हैं तो भाई कन्हैया होरां दा कंसैप्ट दुनिया के हाँ विच जी किड्डा वड्डा है। अगले ने रेड क्रॉस है जिहड़ा उहनूं दुनिया नूं दसता, साडे वाली हाँ गल जी असीं उस तक पहुंचने ही नहीं दित्ती, आपदे तक ही असीं रास्ते पहुंचा कर नहीं गए। हुंदे। हाँ जी हुण बिल्कुल इह है कि साडे वर्गा बंदा, जां तुसीं हो, मैं आ, जां कोई होर आ, जिहड़े दिखावे वजों सिख घट आ, ते हाँ असीं कोई जी गल करांगे, असीं तां गुरबाणी दी कोई तुक दत्ते वी गल करांगे जां कुछ होर है, तां फिर आ लल्ली छल्ली है जिहड़े जां धर्म दे ठेकेदार बणे लोक है, उही तुहानूं सवाल करना शुरू कर देणगे, तूं कौण हुंदा, हाँ तैनूं की तू कौन पता, होना भी, तू तेरे जा बाल ने बाल तेरे कटे दाड़ी है रहने। ना, यही कहना फिर। हाँ जी गल ये भी सिद्धू सर जरूरी नहीं है कि जिन्हें पग बनी उही सिख है, ठीक है। जिन्हें पग बनी है ना वो सिख विरोधी भी हो सकता, सिर्फ वो हो सकता उन्हें तेरा ही वो बनाया हो। हाँ हुण सारे तेरे उही चल रहे हैं हाँ जी ते सो असली सिख गुरु नानक साहब का सिख कौन है। और उन्हें की कहते पढ़िया तो गुणिया, जेड़े जेड़े साडे बुजुर्ग ही ना घरां विच जदों सानू सिखाउंदे ही मॉरल वैल्यूज अपने आप आउंदियां ही, जदों साडे वड्डे वड्डियां दी इज्जत करदे ही, उहनां दा उहनां दी कदर सी कि परिवार ते बहना है। हुण ते साडियां ओह कदरां कीमतां मनफी होई जांदियां, ते हुण बच्चे नूं मॉरल साइंस दी बुक ला दिंदे भी मॉरल साइंस मोरैलिटी उहदे चों सिखा, मोरैलिटी जीवन विहार चों आउणी है, जो पेरेंट्स करदे बच्चे ने ओह सिखना वा, बच्चे ने जी। वो नहीं सीखना जो आपां उन्हें सिखा रहे हैं, जो आपां करांगे साडे बच्चियां ने उन्हें अडॉप्ट करना है। बिल्कुल गलत गल तो यही है जिदे उत्ते ध्यान वाहवा देने की लोड़ है, नहीं दिता जा रहा। दूसरे पासे जो त्योहारा की गल करते हैं, लोहड़ी तो गल शुरू की थी, तो इस तो पहला आपां क्योंकि पोह दा महीना जाता है तो हाँ उदों जी कई त्योहार है, त्योहार नहीं खैर वो दुख भरिया महीना ही हुंदा साडा, वो असीं हाँ जी चेते करते हैं। उदों कुछ लोग है जिहड़े कहणगे जी क्रिसमस की मैनूं वधाई ना दिओ, क्रिसमस जां भी हाँ जी साडा इहदा कोई संबंध नहीं, पर सानूं इह गल जरूर देखणी पऊ कि जिहड़े क्रिसमस मनाउंदे ने जां उस धर्म दे नाल संबंधित ने, उहनां ने आपदे धर्म नूं कित्थों तक फैला लिया, उहनां दा फलसफा कित्थों तक गिआ। ते साडे हाँ कोले जी असीं लंगरां तक सीमित रहि गए, कीरतपुर साहिब जांदे इधर सॉरी फतेहगढ़ साहिब नूं जां चमकौर हाँ साहिब जी जांदिआं दी नज़र भी लंगरां ते हुंदी आ, आउंदिआं दी भी, उत्थे उस बरतांत नूं तां चेते ही नहीं करदे कोई, जां फिर यह कि वो हाँ दो जी दिन चेते करने वाला तो नहीं ना हुंदा, चाहे अज असीं लोहड़ी की गल कर लिए कि अज असीं दुल्हे पट्टी की गल कर ली, अणखां की गल कर ली, गल खत्म नहीं हो गई, गल तो शुरू हुंदी है, यह तो एक चेते करन दा सबब हुंदा है, पर वो उस पासे क्यों नहीं तुरदे। सिद्धू सर जिहड़ी गुरु साहिब ने लंगर दी प्रथा बनाई ही ना, ओह वी ते वेखो लोकी किन्नी किन्नी दूरों चल के आउंदे ही, ते पहिलां गुरु जी कहिंदे लंगर सत्संग करो फिर संगत, फिर पंगत फिर संगत जाओ, नाले बराबरी दी गल कीती। अजकल मैं देखिया कि लोकी कहिंदे भी लंगर खाना भी इक प्रथा जी बन गई, भी हां जी लंगर छकणा जे आए हां ते उत्थे भावें 10 रुपए 50 रुपए मत्था टेकिया होवे, है ना, ते रोटी खानी, चलो ओ ते एक वखरा मसला है। पर जे तुहानूं भुख है, जे तुहानूं लोड़ है, जे तुहानूं लग होई गए, फिर ते तुहानूं कोई एडी जरूरत नहीं है। पर ओह वी इक लोकी कह लो भी श्रद्धा भावना दे तहत ही चीज खा लेनी है, जां ओह वी चंगा हुंदा डॉक्टर कंपलसरी है, हाँ एदां नहीं है। दूसरे नंबर दे उत्ते साहब, एक चीज जिहड़े होर कह क्रिसमस दो, मनाउंदे आ, मैं तुहानूं चलो इंटरप्ट वेखो। हाँ जी जी मैं तुहानूं इंटरप्ट करना, लंगर छकाउण वाला भी साडा एक होर कम चल पिया कि हुण असीं सड़कां ते लंगर ला ले, वो इत्थे हाँ जी शमशेर कालों हो रहा तुहाडे इलाके दे मेरे मित्र है, कि असीं लंगर लाइए सड़कां ते, रज्जिआं नूं रजाइए सड़कां ते, ते हाँ बस उधर कदे नजर मारी नहीं, नजर उधर कदे मारी नहीं, जिहड़े भुखे ढिड किन्ने फाकी ने, कई गल्लां ने
ਜਿਹੜੀਆਂ ਸੋਚੀਆਂ ਨੇ ਔਰ ਜਿਹੜੇ ਲੰਗਰ ਲੱਗੇ ਹੁੰਦੇ ਆ ਸੜਕਾਂ ਤੇ, ਮੈਂ ਕਿਉਂਕਿ ਆ ਪਿਛਲੇ ਮਹੀਨੇ ਮੇਰੇ ਕਾਫੀ ਜਿਹੜੇ ਚੰਡੀਗੜ੍ਹ ਵਾਲੇ ਪਾਸੇ ਲੱਗੇ, ਉਧਰ ਜਾਂਦੇ ਨੂੰ ਲੱਗੇ ਬਹੁਤ ਸੀ, ਔਰ ਗੰਦਗੀ ਵੇਖੋ ਬਰਬਾਦ ਚ ਕਿੰਨੀ ਪਈ ਹੁੰਦੀ ਆ ਉੱਥੇ। ਉਹ ਵੀ ਤਾਂ ਛੱਡੋ ਡਾਕਟਰ ਸਾਹਿਬ, ਟਾਇਰ ਫੜਨ ਤੱਕ ਜਾਂਦੇ ਆ ਲੋਕ ਸੜਕ ਤੇ ਖੜੇ ਵੀ ਲੰਗਰ ਲੱਗੇ ਆ, ਤੁਸੀਂ ਇੱਕ ਬੰਦਾ ਸਾਈਡ ਤੇ ਖੜ ਜੇ ਨਿਸ਼ਾਨ ਸਾਹਿਬ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਲੰਗਰ ਲੱਗਿਆ, ਲੋਕ ਸਲੋ ਹੋ ਕੇ ਲੰਘਦੇ ਆ, ਪਰ ਵੀ ਧੱਕੇ ਦੇ ਨਾਲ ਹੀ ਤੁਸੀਂ ਉਹ ਗੱਡੀ ਜੇ ਕੋਈ ਲੰਘਦੀ ਹੈ ਵੀ ਉਹਨੂੰ ਰੋਕ ਕੇ ਖਵਾਉਣਾ ਹੀ ਖਵਾਉਣਾ। ਇਹ ਕਿਹੜੀ ਸ਼ਰਤ ਆ ਗਈ, ਕਿਹੜੇ ਪਾਸੇ ਨੂੰ ਤੁਰ ਪਏ ਸੀ, ਅਸੀਂ ਵੇਸਟੇਜ ਬਹੁਤ ਕਰ ਰਹੇ ਹਾਂ, ਮੇਰੇ ਖਿਆਲ ਚ ਫਾਇਦਾ ਘੱਟ ਕਰ ਰਹੇ ਹਾਂ। ਬਿਲਕੁਲ, ਔਰ ਜਿਹੜੀ ਤੁਸੀਂ ਕ੍ਰਿਸਮਸ ਦੀ ਗੱਲ ਕੀਤੀ ਇਸ ਤੋਂ ਪਹਿਲਾਂ, ਉਹਦੇ ਤੇ ਮੈਨੂੰ ਗੱਲ ਯਾਦ ਆਈ, ਮਹਾਰਾਜ ਰਣਜੀਤ ਸਿੰਘ ਦੇ ਟਾਈਮ ਤੇ ਉਹਨਾਂ ਨੇ ਇੱਕ ਮਿਸ਼ਨਰੀ ਨੂੰ ਫੜ ਲਿਆ ਵੀ ਤੂੰ ਇੱਧਰ, ਉਹਨਾਂ ਨੇ ਫੜ ਕੇ ਲਏ ਸੀ ਇੱਕ ਵੀ ਸਤਲੁਜ ਤੋਂ ਪਾਰ ਨਾ, ਇਹ ਬੰਦਾ ਕ੍ਰਿਸਮਸ ਕ੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ, ਈਸਾਈ ਧਰਮ ਦਾ। ਰਣਜੀਤ ਸਿੰਘ ਕੋਲ ਲੈ ਗਿਆ, ਰਣਜੀਤ ਸਿੰਘ ਨੇ ਉਹਨੂੰ ਕਿਹਾ ਕਿ ਤੂੰ ਕੀ ਕਰ ਰਿਹਾ, ਕਹਿੰਦਾ ਕਿ ਮੈਂ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ, ਮੈਂ ਮਿਸ਼ਨਰੀ ਹਾਂ। ਕਹਿੰਦਾ ਕਿ ਇਹਨੂੰ ਜੇਲ੍ਹ 'ਚ ਬੰਦ ਕਰ ਦਿਉ, ਅਤੇ ਕਹਿੰਦਾ ਵੀ ਫਿਰ ਤੈਨੂੰ ਛੱਡ ਦਾਂਗੇ, ਫਿਰ ਕੀ ਕਰੇਗਾ? ਕਹਿੰਦਾ ਮੈਂ ਫਿਰ ਉਹੀ ਕੰਮ ਕਰਾਂਗਾ ਜੋ ਤੁਸੀਂ, ਮਤਲਬ ਮੇਰੀ ਡਿਊਟੀ ਆ, ਮੈਂ ਫਿਰ ਉਹੀ ਪ੍ਰਚਾਰ ਕਰਾਂਗਾ। ਸੋ ਉਹਨਾਂ ਲੋਕਾਂ ਦੀ ਕਹਿ ਲਓ ਵੀ ਉਹ ਇੱਕ ਡੈਡੀਕੇਟਡ ਨੇ, ਬੜੇ ਲੱਗਣ ਹੈ ਉਹਨਾਂ ਦੇ ਵਿੱਚ ਇੱਕ। ਔਰ ਦੇਖੋ ਇਹਦੇ ਵਿੱਚ ਵੀ ਜਿਹੜਾ ਚੰਗਾ ਪੁਆਇੰਟ ਆ, ਸਾਨੂੰ ਉਹ ਅਪਣਾਉਣਾ ਚਾਹੀਦਾ। ਹੁਣ ਵੇਖੋ ਵੀ ਕ੍ਰਿਸਚਨਸ ਨੇ ਕਿੰਨੇ ਕਿੰਨੇ ਵਧੀਆ ਸਕੂਲ ਖੋਲ੍ਹੇ ਆ, ਉਹਨਾਂ ਦਾ ਮੋਟੋ ਹੀ ਆ ਕੰਮ ਲਰਨ ਐਂਡ ਸਰਵ। ਔਰ ਉਹਨਾਂ ਦੀ ਮਦਰ ਟ੍ਰੇਸਾ ਕਿੱਥੋਂ ਤੱਕ, ਮਤਲਬ ਉਹਦੇ ਨਾਲ ਸਰਵਿਸ ਜਿਹੜੀ ਉਹਨਾਂ ਨੇ ਉਹ ਦਿੱਤੀ ਆ। ਤੇ ਦੇਖੋ ਇਹ 'ਚ ਬਹੁਤ ਸਾਰੀਆਂ, ਦੇਖੋ ਆਪਾਂ ਨਾ ਕਈ ਵਾਰ ਸਾਡਾ ਆਪਣਾ ਘੜਾ ਉਹਨਾਂ ਹੁੰਦਾ ਤੇ ਅਸੀਂ ਕਹਿੰਦੇ ਅਸੀਂ ਬੈਸਟ, ਅਸੀਂ ਜਿੱਦਾਂ ਪ੍ਰੈਫਰੈਂਸ ਨੇ, ਸਾਡਾ ਧਰਮ ਬੜਾ ਬੈਸਟ ਆ, ਸਾਡਾ ਕਲਚਰ ਬੜਾ ਬੈਸਟ ਆ। ਸਾਡੇ ਕਲਚਰ ਵਿੱਚ ਵੀ ਤਾਂ ਬੜੀਆਂ ਮਾੜੀਆਂ ਗੱਲਾਂ ਰਹੀਆਂ ਨੇ, ਠੀਕ ਹੈ, ਹੈਗੀਆਂ ਵੀ ਨੇ, ਤੇ ਸਾਨੂੰ ਉਹਨੂੰ ਦੂਰ ਕਰਨ ਦੀ ਬਜਾਏ ਜਿਹੜੀ ਆਪਣੇ ਆਪ ਨੂੰ ਸੁਪਰੀਮ ਦੱਸਣ ਦੀ ਸਾਡੀ ਜਿਹੜੀ ਮਾਨਸਿਕਤਾ ਨਾ, ਉਹ ਗਲਤ ਹੈ। ਪੁਰਾਣੇ ਸਾਡੇ ਪਰਿਵਾਰਾਂ ਵਿੱਚ, ਜੱਟਾਂ ਦੇ ਵਿੱਚ ਮੈਂ ਵੀ ਸੁਣਿਆ ਹੀ ਆ, ਦੇਖਿਆ ਤੇ ਨਹੀਂ ਆ, ਕਹਿੰਦੇ ਇੱਕ ਭਰਾ ਵਿਆਹ ਤੇ ਸਾਰੇ ਸਮਝੋ ਵਿਆਹੇ ਗਏ ਆ, ਜ਼ਮੀਨ ਦੀ ਥੋੜ੍ਹਾ, ਇਹ ਵੀ ਤੇ ਸਾਡੇ ਕਲਚਰ ਦਾ ਹਿੱਸਾ ਰਿਹਾ ਨਾ। ਹਾਂਜੀ, ਫਿਰ ਦੂਸਰੇ ਸਾਡਾ ਅੱਜ ਤੋਂ 50 ਸਾਲ ਤੁਸੀਂ ਵੇਖੋ, ਨੌਵਾਂ ਦੇ ਵੀ ਬੱਚੇ ਹੁੰਦੇ ਸੀ, ਧੀਆਂ ਦੇ ਵੀ ਬੱਚੇ ਇਕੱਠੇ ਹੁੰਦੇ ਸੀ, ਸੱਸਾਂ ਦੇ ਵੀ ਇਕੱਠੇ ਬੱਚੇ ਹੋਣ ਡੇ ਹੁੰਦੇ ਸੀ, ਹਨਾ, ਇਹ ਵੀ ਕਲਚਰ ਰਿਹਾ ਸਾਡਾ। ਸੋ ਅਸੀਂ ਕਹੀ ਜਾਂਦੇ ਹਾਂ ਵੀ ਅਸੀਂ ਬੜੇ ਸੁਪਰੀਮ ਆ। ਸੋ ਹਰ ਧਰਮ ਦੇ ਵਿੱਚ, ਹਰ ਕਲਚਰ ਦੇ ਵਿੱਚ ਚੰਗੀਆਂ ਗੱਲਾਂ ਨੇ, ਜਿੱਦਾਂ ਕ੍ਰਿਸਚਨ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਕਨਫੈਸ਼ਨ ਵਾਲਾ ਹੈਗਾ ਵਾ, ਕਿ ਜਾ ਕੇ ਪਾਦਰੀ ਜਿਹੜੇ, ਹਾਂ, ਬਾਕਸ ਬਣਾ ਕੇ ਤੁਸੀਂ ਆਪਣੀ ਕਨਫੈਸ਼ਨ ਕਰ ਸਕਦੇ। ਇਹ ਵੀ ਕਿੱਡੀ ਕਿੱਡੀ ਵਧੀਆ ਗੱਲ ਹੈ ਕਿ ਤੁਸੀਂ ਤੁਹਾਡੇ ਮਨ ਤੇ ਜਿਹੜਾ ਹੈਗਾ ਪ੍ਰੈਸ਼ਰ ਉਹ ਤੁਸੀਂ ਕੱਢ ਸਕਦੇ ਜੇ, ਹੈਂ। ਸੋ ਇਹ ਕੁਰਾਨ ਕਹਿੰਦਾ ਕਿ ਮਤਲਬ ਪਸੀਨਾ ਸੁੱਕਣ ਤੋਂ ਪਹਿਲਾਂ ਸਾਡੀ ਜਿਹੜੀ ਮਿਹਨਤਾਨਾ ਸਾਨੂੰ ਮਿਲ ਜਾਣਾ ਚਾਹੀਦਾ ਬੰਦੇ ਦਾ, ਹਾਂ, ਤੇ ਵਿਆਜ ਜਿਹੜਾ ਉਹਨਾਂ ਲਈ ਹਰਾਮ ਆ। ਤੇ ਦੇਖੋ ਕਿੰਨੀਆਂ ਕਿੰਨੀਆਂ ਚੰਗੀਆਂ ਗੱਲਾਂ ਨੇ, ਕੁਰਾਨ ਕਿੰਨਾ ਸੋਹਣਾ ਦੱਸਦਾ ਵੀ ਰੋਟੀ ਕਿੱਦਾਂ ਖਾਣੀ ਹੈ ਬਹਿ ਕੇ, ਕਿੱਦਾਂ ਸਾਡੀ ਡਾਇਜੈਸਟ ਹੋਏਗੀ, ਕਿੱਦਾਂ ਸਾਨੂੰ ਬਹਿਣ ਦਾ ਤਰੀਕਾ ਦੱਸਦੇ, ਜ਼ਮੀਨ ਤੇ ਬਹਿ ਕੇ ਖਾਓ ਕਿੱਦਾਂ ਖਾਣਾ। ਸੋ ਕਿੰਨੀਆਂ ਵਧੀਆ ਵਧੀਆ ਗੱਲਾਂ ਨੇ ਉਹਦੇ ਵਿੱਚ, ਪਰ ਅਸੀਂ ਅਸੀਂ ਸੋਚਦੇ ਨਹੀਂ, ਅਸੀਂ ਜ਼ਿਆਦਾ ਸੁਪਰੀਮ ਹੈ, ਅਸੀਂ ਜ਼ਿਆਦਾ ਬੈਸਟ ਹੈ। ਹਰ ਧਰਮ ਹੀ ਬੈਸਟ ਹੈ, ਗੱਲ ਇਹ ਆ ਵੀ ਉਹਦੀ ਵਰਤੋਂ ਕਿਹੜੇ ਬੰਦੇ ਕਰ ਰਹੇ ਆ। ਔਰੰਗਜ਼ੇਬ ਵੀ ਤਾਂ ਮੁਸਲਮਾਨ ਸੀ ਨਾ, ਉਹ ਮਾੜਾ ਸੀ, ਤੇ ਸਾਈਂ ਮੀਆਂ ਮੀਰ ਵੀ ਮੁਸਲਮਾਨ ਸੀ, ਬਾਬਾ ਫਰੀਦ ਵੀ ਮੁਸਲਮਾਨ ਸੀ। ਆਪਾਂ ਸੱਚੇ ਮੁਸਲਮਾਨ ਬਣ ਜਾਈਏ, ਸੱਚੇ ਸਿੱਖ ਬਣ ਜਾਈਏ, ਸੱਚੇ ਹਿੰਦੂ ਬਣ ਜਾਈਏ, ਸੱਚੇ ਕ੍ਰਿਸਚਨ ਬਣ ਜਾਈਏ, ਉਹ ਜ਼ਿਆਦਾ ਜ਼ਰੂਰੀ ਆ। ਸਭ ਤੋਂ ਵਧੀਆ ਸਾਰਾ ਕੁਝ ਛੱਡ ਕੇ ਇੱਕ ਚੰਗੇ ਇਨਸਾਨ ਬਣ ਜਾਈਏ। ਮੈਨੂੰ ਲੱਗਦਾ ਵੀ ਜਿੱਦਾਂ ਬਾਹਰ ਅੱਜ ਕੱਲ ਅੱਜ ਲੋਹੜੀ ਆ ਤੇ ਬੜਾ ਮਿਊਜ਼ਿਕ ਤੇ ਬੜਾ ਸਾਰਾ ਕੁਝ ਚੱਲਣ ਡਿਆ, ਕਲਚਰ ਕਿੰਨਾ ਚੇਂਜ ਆ। ਦੇਖੋ ਡੀਜੇ ਲਾ ਲਓ, ਡੋਰਾਂ ਵਧਾ ਲਓ, ਉਹ ਚਾਈਨੀਜ਼ ਡੋਰ ਕਿੰਨੀ ਖਤਰਨਾਕ ਹੈ, ਤੇ ਹੁੜਦ ਮਤਲਬ ਕਰ ਲਓ, ਹਨਾ, ਹੁੜਦਮ ਮਚਾ ਲਓ, ਹੂ ਹੱਲਾ ਕਰ ਲਓ, ਤੇ ਕੀ ਇਹ ਸਾਡਾ ਕਲਚਰ ਹੈ? ਇਹ ਵੀ ਸਾਡਾ ਕਲਚਰ ਨਹੀਂ ਆ। ਪਰ ਆਪਾਂ ਲੋਹੜੀ ਸੈਲੀਬ੍ਰੇਸ਼ਨ ਇਸੇ ਤਰ੍ਹਾਂ ਹੀ ਸੋਚਦੇ ਹਾਂ ਵੀ ਸ਼ਾਇਦ ਇੱਦਾਂ ਹੀ ਹੋਣੀ ਆ। ਔਰ ਜਿਹੜੇ ਸਾਡੇ ਪੁਰਾਣੇ ਰਵਾਇਤੀ ਪਕਵਾਨ ਸੀ ਕਿ ਜਿੱਦਾਂ ਖਿਚੜੀ ਬਣਨੀ ਆ, ਦਹੀਂ, ਰੋਹ ਦੀ ਖੀਰ, ਅੱਜ ਕੱਲ੍ਹ ਉਹਨੂੰ ਤੇ ਬੱਚੇ ਕਹਿੰਦੇ ਪੀਜ਼ੇ ਬਰਗਰ ਖਾਓ, ਇਹਨਾਂ ਦੀ ਕੀ ਲੋੜ ਹੈ ਫਾਲਤੂ ਚੀਜ਼ਾਂ ਦੀ? ਜਦੋਂ ਡਾਕਟਰ ਦੱਸ ਦਿੰਦੇ ਆ, ਫਿਰ ਤੁਸੀਂ ਮਿਲਟ ਵਾਲਿਆਂ ਨੂੰ ਤੁਰ ਪੈਂਦੇ ਹੋ ਘਰਾਂ ਦੇ ਵਿੱਚ, ਸਿਸਟਮ ਫਿਰ ਉੱਥੇ ਮੁੜ ਕੇ ਆਉਣਾ। ਹਾਂਜੀ, ਇਹ ਪਤਾ ਨੀ ਕਿਉਂ ਇਹ ਦਿਖਾਵੇ ਦੀ ਜ਼ਿੰਦਗੀ ਅਸੀਂ ਪੰਜਾਬੀਆਂ ਨੇ ਕਾਹਤੋਂ ਅਡੋਪਟ ਕਰ ਲਈ। ਚਲੋ ਵਿਦੇਸ਼ ਦੇ ਵਿੱਚ ਕਾਹਲ ਹੈ ਜ਼ਿੰਦਗੀ ਦੇ ਵਿੱਚ, ਉੱਥੇ ਉਹਨਾਂ ਨੂੰ ਫਾਸਟ ਫੂਡ ਵੀ ਖਾਣਾ ਪੈਂਦਾ ਜਾਂ ਕੁਛ ਹੋਰ ਵੀ ਹੈ, ਤੇ ਜ਼ਿੰਦਗੀ ਵੀ ਫਾਸਟ ਫੂਡ ਵਰਗੀ ਹੋ ਜਾਂਦੀ। ਡਾਕਟਰ ਸਾਹਿਬ, ਮੈਂ ਵੀ ਕਿਤੇ ਪੜਿਆ ਸੀ ਕਿ ਜਿਹੋ ਜਿਹਾ ਤੁਸੀਂ ਖਾਂਦੇ ਹੋ ਉਹੋ ਜਿਹੀ ਤੁਹਾਡੀ ਸੋਚ ਬਣਦੀ ਆ। ਜਿਹਾ ਅੰਨ ਤਿਹਾ ਮਨ। ਦੇਖੋ ਸਾਡਾ ਕਲਚਰ ਸੀ ਬਹਿ ਕੇ, ਜਿਹੜਾ ਲੰਗਰ ਦੀ ਵੀ ਆਪਾਂ ਗੱਲ ਕੀਤੀ, ਬਹਿ ਕੇ ਇਤਮਾਨ ਨਾਲ ਉਹਨੂੰ ਰੋਟੀ ਖਵਾਉਂਦੇ ਆ, ਸਾਰਾ ਕੁਛ, ਤੇ ਉਹ ਫੋਰਨ ਦੇ ਵਿੱਚ ਤੇ ਉਹ ਤੁਰੇ ਤੁਰੇ ਜਾਂਦੇ, ਟਾਈਮ ਹੀ ਨਹੀਂ ਹੈਗਾ ਕਿ ਕੋਈ ਇਹਨਾਂ ਆਰਡਰ ਕਰਦੇ ਆ, ਤੇ ਉਹ ਅਗਲੇ ਤੋਂ ਸਟੈਂਡ ਤੋਂ ਫੜਦੇ ਆ ਤੇ ਖਾ ਕੇ ਤੇ ਉਹ ਜਾਂਦੇ ਆ, ਉਹ ਤੇ ਗੱਡੀਆਂ 'ਚ ਬੈਠੇ ਖਾਈ ਜਾਂਦੇ, ਅਸੀਂ ਕਾਫੀ ਪੀ ਜਾਂਦੇ ਆ। ਸੋ ਉਹਨਾਂ ਕੋਲ ਬਹਿਣ ਦੀ ਵੇਲ ਨਹੀਂ ਆ, ਉਹ ਟਾਈਮ ਨਹੀਂ ਉਹਨਾਂ ਕੋਲ ਇੰਨਾ। ਔਰ ਸਿੱਧੂ ਸਰ, ਮੈਂ ਇੱਕ ਹੋਰ ਗੱਲ ਨੋਟ ਕੀਤੀ ਆ, ਜਦੋਂ ਅਸੀਂ ਆਪਣੇ ਪਿੰਡ ਜਾਂਦੇ ਆ,
ਹੈ ਨਾ, ਜਦੋਂ ਅਸੀਂ ਆਪਣੇ ਮੈਂ ਆਪਣੇ ਸਹੁਰੇ ਜਾਂਦੀ ਹਾਂ ਤੇ ਅਸੀਂ ਉੱਥੇ, ਮੈਨੂੰ ਲੱਗਦਾ ਵੀ ਮੇਰੇ ਸੱਸ ਸਹੁਰਾ ਸਾਡੇ ਨਾਲੋਂ ਵਧੀਆ ਰੋਟੀ ਖਾਂਦੇ ਆ। ਸਹੀ ਕਿਉਂ ਵਧੀਆ ਰੋਟੀ ਖਾਂਦੇ ਆ? ਬਿਲਕੁਲ ਸਾਡਾ ਜਿਹੜਾ ਫੋਕ ਕਲਚਰ ਆ ਉਹਨੂੰ ਉਹਨਾਂ ਨੇ ਅਪਣਾਇਆ ਵੀ ਤਾਜ਼ੀ ਸਬਜ਼ੀ ਤੋੜਨੀ ਆ ਘਰ ਚੋਂ, ਤਾਜ਼ੇ ਤਾਜ਼ੇ ਮਟਰ ਬਣਾਉਣੇ ਆ ਖਾਣੀ ਆ, ਰੋਟੀ ਆਟਾ ਗੁੰਨਣਾ ਤਾਜ਼ਾ ਤੇ ਉਹਨੂੰ ਰੋਟੀ ਫੁਲਕਾ ਖਾ ਲਿਆ। ਜਿਹੜਾ ਬੱਚਾ ਮੇਰੇ ਮਦਰ ਇਨ ਲਾਅ ਉਸੇ ਵੇਲੇ ਸੁੱਟ ਦਿੰਦੇ ਕਹਿੰਦੇ ਰੁਪਿੰਦਰ ਇਹ ਨੀ ਰੱਖਣਾ ਹੁਣ, ਖਾਓ ਤਾਜ਼ਾ। ਫਿਰ ਮੈਂ ਜਦੋਂ ਅਸੀਂ ਪਠਾਨਕੋਟ ਆਉਂਦੇ ਹਾਂ ਕਿਉਂਕਿ ਅਸੀਂ ਵਰਕਿੰਗ ਆ ਦੋਨੋਂ, ਫਿਰ ਅਸੀਂ ਤੇ ਸਬਜ਼ੀ ਬਣਾਉਣੇ ਇੱਕ ਜਾਂ ਦੋ ਵਾਰੀ, ਫਿਰ ਉਹ ਆਟਾ ਵੀ ਗੁੰਨ ਲਈਦਾ ਤੇ ਸ਼ਾਮਾਂ ਨੂੰ ਵੀ ਉਹੀ ਹਨਾ ਸਹੀ ਹੈ, ਟਾਈਮ ਦੀ ਗੱਲ ਮਤਲਬ ਵਰਤਾਂਗੇ। ਤੇ ਕਈ ਵਾਰੀ ਮਤਲਬ ਆਪਾਂ ਇੱਕ ਦਿਨ ਬਾਅਦ ਵੀ ਉਹ ਚੀਜ਼ ਖਾ ਲੈਂਦੇ ਹਾਂ ਫਰਿੱਜ 'ਚ ਰੱਖ ਕੇ, ਹਨਾ। ਤੇ ਪਰ ਮੈਨੂੰ ਏਦਾਂ ਲੱਗਾ ਕਿ ਉਹਨਾਂ ਦਾ ਰੋਟੀ ਪਾਣੀ ਸਾਡੇ ਨਾਲੋਂ ਜ਼ਿਆਦਾ ਫਰੈਸ਼ ਤੇ ਜ਼ਿਆਦਾ ਵਧੀਆ ਵਾ ਗਰਾਊਂਡ ਲੈਵਲ ਤੇ। ਅਸੀਂ ਆਪਣੇ ਵੱਲੋਂ ਕਹਿੰਦੇ ਸੀ ਅਸੀਂ ਸਾਡੇ ਕੋਲ ਤੇ ਬੜੀਆਂ ਫੈਸਿਲਿਟੀ, ਸਾਡੇ ਕੋਲ ਤੇ ਬੜਾ। ਜਦੋਂ ਅਸੀਂ ਕੈਨੇਡਾ ਗਏ ਮੈਂ ਦੇਖਿਆ ਵੀ ਕੈਨੇਡਾ ਵਾਲਿਆਂ ਦਾ ਸਾਡੇ ਤੋਂ ਵੀ ਜ਼ਿਆਦਾ ਮਾੜਾ ਹਾਲ ਆ। ਉੱਥੇ ਮੈਂ ਲੋਕਾਂ ਨੂੰ ਵੇਖਿਆ ਫਰਿੱਜ ਵਿੱਚ ਸਬਜ਼ੀਆਂ ਦਾਲਾਂ ਰੱਖੀਆਂ ਤੇ ਫੁਲਕੇ ਬਣਾ ਕੇ ਠੰਡੇ ਰੱਖੇ ਫਰਿੱਜ 'ਚ ਤੇ ਉਹਨਾਂ ਨੂੰ ਗਰਮ ਕਰਕੇ ਤੇ ਚਾਰ ਚਾਰ ਦਿਨ ਪੁਰਾਣੀ, 8-8 ਦਿਨ ਪੁਰਾਣੀ ਰੋਟੀ ਵੀ ਖਾ ਲੈਂਦੇ ਹੋ ਗਰਮ ਕਰਕੇ। ਸੋ ਤੁਸੀਂ ਦੱਸੋ ਵੀ ਵਿਕਾਸ ਕਿੱਥੇ ਆ, ਵਿਕਾਸ ਉੱਥੇ ਆ ਪਿੰਡ ਵਿੱਚ ਕਿ ਕੈਨੇਡਾ ਵਿੱਚ? ਸਹੀ ਗੱਲ ਸਭ ਉੱਥੇ ਹੀ ਫਿਰ ਆ ਗਈ ਨਾ ਕਿ ਆਰਥਿਕਤਾ ਨਾਲ ਜੁੜੇ ਮਸਲੇ ਆ ਜੇ ਹੁਣ ਵਿਦੇਸ਼ ਦੇ ਵਿੱਚ। ਇੱਕ ਛੋਟੀ ਜਿਹੀ ਗੱਲ ਦੱਸਦਾ, ਡੀਟਰੋਇਟ ਦੇ ਵਿੱਚ ਸਾਡੇ ਇੱਕ ਮਿੱਤਰ ਰਹਿੰਦੇ, ਨਾਮ ਨੀ ਮੈਂ ਡਿਸਕਲੋਜ਼ ਕਰੂੰਗਾ, ਤੇ ਉਹਨਾਂ ਦੇ ਮੈਂ ਘਰ ਸੀਗਾ ਜੀ। ਉਹਨਾਂ ਨੇ ਮੈਨੂੰ ਕਹਿੰਦੇ ਬਾਈ ਜੂਸ, ਮੈਂ ਪਤਾ ਨੀ ਮੈਂ ਨਾ ਨੁੱਕਰ ਜੀ ਕੀਤੀ, ਕਹਿੰਦੇ ਅਸੀਂ ਫਰੈਸ਼ ਕੱਢਾਂਗੇ ਓਨਾ ਹੀ ਜਿੰਨਾ ਸਾਨੂੰ ਚਾਹੀਦਾ। ਤੇ ਨਹੀਂ ਰੁਟੀਨ ਦੇ ਵਿੱਚ ਆਪਾਂ ਇੱਥੇ ਵੀ ਦੇਖਦੇ ਹਾਂ ਤੇ ਫੋਰਨ ਚ ਵੀ ਕਿ ਉੱਥੇ ਸਾਡੇ ਕੋਲ ਜੂਸ ਕੱਢਣ ਦਾ ਟਾਈਮ ਤਾਂ ਹੋ ਸਕਦਾ, ਫਿਰ ਉਹ ਜਿਹੜਾ ਜੂਸਰ ਤੋਂ ਆਉਂਦਾ ਜਾਂ ਹੋਰ ਹੈ ਉਹ ਦਕੰਮਣ ਨੀ ਹੁੰਦਾ। ਤੇ ਪਰ ਸਿਹਤ ਵਾਸਤੇ ਤਾਂ ਸਾਰੀਆਂ ਚੀਜ਼ਾਂ ਲਾਜ਼ਮੀ ਨੇ। ਨਾਲ ਦੂਜੀ ਗੱਲ ਆ ਗਈ ਕਿ ਜਦੋਂ ਅਸੀਂ ਉੱਥੇ ਦੇਖਦੇ ਹਾਂ ਕਿ ਪਿੰਡੋਂ ਸਾਰਾ ਕੁਝ ਛੱਡ ਕੇ ਗਏ ਹਾਂ ਵਿਦੇਸ਼ ਦੇ ਵਿੱਚ, ਮੌਰਗੇਜਾਂ ਲੈ ਰਹੇ ਹਾਂ, ਹੋਰ ਹੈ, ਇੱਕ ਪਾਸੇ ਦਵਾਈਆਂ ਚੱਲੀ ਜਾਂਦੀਆਂ, ਦੂਸਰੇ ਪਾਸੇ ਗੱਡੀਆਂ ਚੱਲੀ ਜਾਂਦੀਆਂ, ਲੋਡ ਹੈ, ਵਰਕ ਲੋਡ ਵੀ ਹੈ, ਸਟ੍ਰੈਸ ਵੀ ਹੈ, ਫਿਰ ਤਾਂ ਹੀ। ਤੇ ਤੀਜੀ ਗੱਲ ਆ ਨਾਲ ਜੁੜ ਜਾਂਦੀ ਹੈ ਕਿ ਜਦੋਂ ਕਾਹਲ ਹੈ ਟਾਈਮ ਹੈ ਨੀ, ਫਿਰ ਖਾਣਾ ਵੀ ਉਹੋ ਜਿਹਾ ਖਾਣਾ, ਸਿਹਤ ਦਾ ਨੁਕਸਾਨ ਵੀ ਵੱਧ ਹੋਣਾ। ਖਾਣੀਆਂ ਤਾਂ ਦੇਖੋ ਦੋ ਰੋਟੀਆਂ ਹੀ ਆ ਤੇ ਮੈਨੂੰ ਲੱਗਦਾ ਐਂਡ ਤੇ ਮੁੜ ਕੇ ਬੰਦਾ ਕਹਿੰਦਾ ਵੀ ਸਾਰਾ ਕੁਛ ਕਰ ਕਰਾ ਕੇ ਵੀ ਕੁਛ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਹਨਾ। ਤੇ ਦੂਜੀ ਗੱਲ ਇਹ ਆ ਵੀ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਪੈਸੇ ਕਮਾਉਂਦਾ ਬੰਦਾ ਸਿਹਤ ਗਵਾ ਲੈਂਦਾ ਤੇ ਸਿਹਤ ਬਚਾਉਂਦਾ ਪੈਸੇ ਗਵਾ ਲੈਂਦਾ, ਤੇ ਰਹਿੰਦਾ ਕੱਖ ਵੀ ਨਹੀਂ ਆ। ਸੋ ਬੈਲੈਂਸ ਬਣਾ ਕੇ ਚੱਲੇ, ਬਹੁਤਾ ਵੀ ਨਾ ਚੱਲੇ ਵੀ ਉਹਦੇ ਮਗਰ ਹੀ ਭੱਜਾ ਸਿਰੇ। ਗੁਰੂ ਨਾਨਕ ਸਾਹਿਬ ਕਹਿ ਗਏ ਨਾ ਵੀ ਪਾਪਾਂ ਬਾਜੋ ਹੋਵੇ ਨਹੀਂ ਤੇ ਮੋਇਆ ਸਾਥ ਨਾ ਜਾਈ, ਨਾਲ ਤੇ ਜਾਣਾ ਨੀ ਕੁਝ ਵੀ। ਤੇ ਕਰਮ ਸਹੀ ਕਰੋ, ਔਰ ਇਹ ਵੀ ਨੀ ਵੀ ਹੱਸਦੇ ਹੱਥ ਧਰ ਕੇ ਬੈਠੇ ਰਹੋ, ਸਾਡੇ ਗੁਰੂ ਸਾਹਿਬਾਨ ਨੇ ਆਪਾਂ ਕਰਾਂਗੇ ਕੋਈ ਤਰੱਦਦ ਤੇ ਫੇਰ ਹੀ ਸਾਨੂੰ ਰਿਜ਼ਕ ਮਿਲਣਾ, ਠੀਕ ਹੈ? ਛੋਟੀ ਜਿਹੀ ਗੱਲ ਹੈ ਪਰ ਕੁਛ ਲੋਕ ਹੁੰਦੇ ਆ ਹਨਾ ਵੀ ਆਪਣੇ ਫੋਰਨ ਦੀ ਵੀ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਕਿਉਂਕਿ ਵਰਲਡ ਵਾਈਡ ਹੀ ਜਦੋਂ ਜਾਂਦੀ ਹੈ ਗੱਲ ਕਿ ਉੱਥੇ ਭੱਜ ਦੌੜ ਨਹੀਂ ਹੈ। ਮੈਂ ਬਠਿੰਡੇ ਖੜਾ ਤੇ ਉੱਥੇ ਘੜਾ ਲੈਣਾ ਸੀਗਾ ਪਿਛਲੇ ਸਾਲ ਦੀ ਗੱਲ, ਤੌੜਾ ਮੈਂ ਉੱਥੇ ਖੜਾ ਤੇ ਗੱਡੀ ਰੋਕੀ ਮੈਂ, ਉਹ ਬਾਪੂ ਰੋਟੀ ਖਾਈ ਜਾਵੇ ਜਿਹੜਾ ਉੱਥੇ ਵੇਚ ਰਿਹਾ ਸੀਗਾ, ਉਹ ਮੈਂ ਕਿਹਾ ਜੀ ਤੁਸੀਂ ਰੋਟੀ ਖਾਓ, ਕਹਿੰਦੇ ਨਹੀਂ 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 ਤੁਸੀਂ ਦੱਸੋ, ਮੈਂ ਕਿਹਾ ਜੀ ਮੈਂ ਵਿਹਲਾਂਗਾ ਮੈਂ ਖੜ ਜੂੰਗਾ, ਕਹਿੰਦੇ ਨਹੀਂ ਤੁਸੀਂ ਤਾਂ ਵਿਹਲੇ ਹੋ ਜੀ ਇੱਥੇ ਹੋਰ ਅੱਗ ਮਚਾਉਂਦੇ ਆਉਣਗੇ, ਕਹਿੰਦੇ ਸਾਨੂੰ ਤਾਂ ਅਸੀਂ ਕਾਹਲੀ 'ਚ ਖਾਣੀ ਪੈਂਦੀ ਹੈ। ਤੇ ਉਹ ਫਿਰ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਘੁਮਿਆਰ ਸੀ ਬੇਚਾਰੇ ਹਨਾ, ਤੇ ਕਹਿੰਦੇ ਬਾਈ ਹਜੇ ਤਾਂ ਫਿਰ ਵੀ ਅਸੀਂ ਤਰੀਕੇ ਨਾਲ ਖਾ ਲੈਂਦੇ ਹਾਂ, ਜਦੋਂ ਅਸੀਂ ਜਵਾਨੀ 'ਚ ਸੀ ਨਾ ਛੋਟੇ ਸੀ ਅਸੀਂ ਤਾਂ ਰੇਤੇ ਨਾਲ ਬੁੜੀ ਰੋਟੀ ਖਾਂਦੇ ਸੀ, ਮੈਂ ਉਹ ਕਾਹਤੋਂ, ਕਹਿੰਦੇ ਗਧਿਆਂ ਦੇ ਮਗਰ ਭੱਜੇ ਜਾਂਦੇ ਸੀਗੇ ਆਪ ਗਧਿਆਂ ਤੋਂ ਵੱਧ ਹੁੰਦੇ ਸੀ, ਕਹਿੰਦੇ ਉਹ ਕਹਿੰਦੇ ਗਧੇ ਦੀ 5 ਕੋਹ ਤੇ ਘੁਮਿਆਰ ਦੀ 10 ਕੋਹ, ਕਹਿੰਦੇ ਕਿਤੇ ਇਹਨੂੰ ਹੱਕ ਲਿਆ ਕਿਤੇ ਮੂਹਰੂ ਹੋ ਗਏ ਕਿਤੇ ਪਿੱਛੇ ਨੂੰ, ਉਵੇਂ ਧੂੜ ਭਰੇ ਰਾਹਾਂ ਦੇ ਵਿੱਚ ਤੁਰੇ ਜਾਂਦੇ ਨੇ ਰੋਟੀ ਖਾਂਦੇ ਆ। ਕਹਿੰਦਾ ਮੈਂ ਤਾਂ ਅੱਜ ਵੀ ਸਬਰ ਕਰਦਾ, ਮਤਲਬ ਮੈਂ ਉਸ ਬੰਦੇ ਨੂੰ ਇਹ ਕਹਿ ਰਿਹਾ ਕਿ ਤੁਸੀਂ ਪਹਿਲਾਂ ਰੋਟੀ ਖਾਓ ਮੈਨੂੰ ਸਵਾ ਦਿਓ, ਤੇ ਉਹ ਬੰਦਾ ਆਪਦਾ ਕੰਪੈਰੀਜ਼ਨ ਆ ਜਿਹੜਾ ਪਿਛਲੇ ਸਮੇਂ ਦੇ ਨਾਲ ਜੇ ਅੱਜ ਕਰਦਾ ਤਾਂ ਉਹ ਕਹਿੰਦਾ ਮੈਂ ਕਿੱਥੇ ਪਹੁੰਚ ਗਿਆ। ਬਿਲਕੁਲ, ਸ਼ਾਇਦ ਸੰਤੁਸ਼ਟੀ ਦਾ ਵੀ ਹੈਗਾ ਕਿ ਅਸੀਂ ਕਾਸ ਨੂੰ ਸੰਤੁਸ਼ਟੀ ਮੰਨ ਲਿਆ, ਤੇ ਦੂਜਾ ਇਹ ਆ ਕਿ ਅਸੀਂ ਜਦੋਂ ਕੰਪੈਰੀਜ਼ਨ ਚ ਆ ਜਾਂਦੇ ਉਦੋਂ ਸ਼ਾਇਦ ਕਿਤੇ ਠੀਕ ਵੀ ਹੁੰਦਾ ਹੋਊ ਜਾਂ ਗਲਤ ਵੀ ਹੋਊ। ਸਿੱਧੂ ਸਰ ਦੇਖੋ ਇਹ ਉਹਦੇ ਉਹਦੀ ਉਹਦੀ ਮਾਨਸਿਕਤਾ ਕੀ ਸੀ ਤੇ ਉਹਨੇ ਕੀ ਵਿਕਾਸ ਕੀਤਾ? ਉਹ ਉਹਦੀ ਉਹਦਾ ਬਾਲ ਮਨ ਸੀ ਨਾ ਜਦੋਂ ਉਹ ਗਧਿਆ ਮਗਰ ਭੱਜ ਕੇ ਰੋਟੀ ਖਾਂਦਾ ਸੀ, ਹੁਣ ਉਹਨੂੰ ਲੱਗਦਾ ਹੋਣਾ ਕਿ ਮੈਂ ਸਾਫ਼ ਖਾਣਾ ਖਾ ਰਿਹਾ ਜਾਂ, ਹਨਾ। ਤੇ ਬਾਕੀ ਗੱਲ ਇਹ ਆ ਵੀ ਹਰ ਬੰਦਾ ਜਿੰਨੀ ਉਹਦੀ ਸਮਝ ਆ ਤੇ ਜਿੰਨੀ ਉਹਦੀ ਸਮਰੱਥਾ ਜਿੰਨੀ ਵਾਹਿਗੁਰੂ ਨੇ ਉਹਨੂੰ ਬਖਸ਼ੀ ਆ ਜੀ, ਕੁਝ ਤੇ ਆਪਾਂ ਉਹਨਾਂ ਵਿਕਾਸ ਕਰਦੇ ਹਾਂ ਆਪਣੇ ਇਨਵਾਇਰਮੈਂਟ 'ਚ ਰਹਿ ਕੇ, ਤੇ ਕਈਆਂ ਦਾ ਤੇ ਸੱਚਾ ਹੀ ਉਹਨਾਂ ਕੋ ਹੁੰਦਾ ਨਾ। ਤੇ ਫਿਰ ਜਿੰਨਾ ਵੀ ਸਾਨੂੰ ਪਰਮਾਤਮਾ ਨੇ ਜੋ ਕੁਝ ਵੀ ਬਖਸ਼ਿਆ ਵਾ ਅਸੀਂ ਉਹਦੇ ਵਿੱਚੋਂ ਹੀ ਵਿਕਾਸ ਕਰਨਾ ਹੈ, ਉਹਦੇ ਵਿੱਚੋਂ ਹੀ ਉਹਨਾਂ ਕੀ ਰਹਿਣਾ ਹੈ। ਸੋ ਸਾਨੂੰ ਉਹਨੂੰ
ਪੋਜ਼ਿਟਿਵ ਜਿਹੜਾ ਉਹ ਕਰਨਾ ਚਾਹੀਦਾ ਵਾ। ਔਰ ਮੈਨੂੰ ਲੱਗਦਾ ਹੈ ਕਿ ਸਾਰਾ ਕੁਝ ਜੋ ਕੁਝ ਵੀ ਵਾਪਰਦਾ ਸਾਡੀ ਜ਼ਿੰਦਗੀ ਚ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਵਾਪਰਦਾ ਜੀ। ਉਹਨੇ ਸਾਨੂੰ ਕੀ ਦੇਣਾ ਹੈ, ਕਿੱਥੇ ਰੱਖਣਾ ਹੈ, ਕੀ ਕਰਨਾ ਹੈ, ਉਹਦੇ ਹੱਥ ਵਿੱਚ ਆ। ਉਹ ਮੈਨੂੰ ਬਹੁਤ ਵਧੀਆ ਗੁਰਬਾਣੀ, ਅੱਜ ਆਪਾਂ ਗੁਰਬਾਣੀ ਤੇ ਗੱਲ ਬਾਰ ਬਾਰ ਆ ਰਹੀ ਆ, ਉਹ ਘੱਲੇ ਆਵੇ ਨਾਨਕਾ ਤੇ ਸੱਦੇ ਉੱਠੇ ਜਾਏ ਜਦੋਂ ਆਪਾਂ ਕਹਿੰਦੇ ਹਾਂ। ਜੀ ਬਿਲਕੁਲ, ਜੇ ਆਪਾਂ ਗੁਰਬਾਣੀ ਤੇ ਚੱਲੀਏ ਨਾ ਤੇ ਆਪਣੀ ਫੋਕਲੋਰ ਤੇ ਚੱਲੀਏ, ਜ਼ਿੰਦਗੀ ਚ ਕਦੇ ਮਾਰਨੇ ਖਾਵਾਂਗੇ। ਮੈਨੂੰ ਏਦਾਂ ਲੱਗਦਾ ਹੁੰਦਾ ਜਿਹੜੀਆਂ ਇਹ ਲਾਈਨਾਂ ਨੇ ਨਾ, ਘੱਲੇ ਆਵੇ ਨਾਨਕਾ ਤੇ ਸੱਦੇ ਉੱਠੇ ਜਾਏ, ਇਹਦਾ ਅਰਥ ਕਰ ਲੈਂਦੇ ਵੀ ਬੰਦੇ ਦਾ ਜਨਮ ਤੇ ਬੰਦੇ ਦਾ ਮਰਨਾ ਉਹਦੇ ਵਸ 'ਚ ਨਹੀਂ ਆ, ਉਹ ਪਰਮਾਤਮਾ ਦੇ ਹੱਥ 'ਚ ਆ। ਪਰ ਜਿਹੜਾ ਉਹਦਾ ਵਿਚਲਾ ਸਾਰਾ ਪੈਟਰਨ ਹੈ ਨਾ, ਸਾਰਾ ਜ਼ਿੰਦਗੀ ਦਾ, ਉਹ ਸਾਰਾ ਬੰਦੇ ਦੇ ਆਪਣੇ ਵਸ 'ਚ ਹੈ, ਉਹਦੇ ਆਪਣੇ ਕਰਮਾਂ ਦੇ ਉੱਤੇ ਮੁਨਸਰ ਕਰਦਾ ਹੈ। ਔਰ ਜਿਹੜੇ ਸਾਡੇ ਅਸੀਂ ਕਰਮ ਕੀਤੇ ਹੁੰਦੇ ਆ, ਔਰ ਕਹਿੰਦੇ ਜੀ ਕਰਮਾਂ ਦਾ ਫਲ ਮਿਲਿਆ, ਮੈਂ ਇਸ ਗੱਲ ਨੂੰ ਏਦਾਂ ਲੈਂਦੀ ਹਾਂ ਵੀ ਕਰਮ ਜੋ ਅਸੀਂ ਕੀਤੇ ਆ ਉਹ ਸਾਨੂੰ ਫਲ ਜਿਹੜਾ ਉਹ ਸਾਡੇ ਜਿਹੜੇ ਬੀਜ ਬੋਏ ਹੁੰਦੇ 15-20 ਸਾਲਾਂ ਬਾਅਦ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਆ, ਹੈ ਨਾ। ਔਰ ਉਹੀ ਕਰਮ ਆ ਜਿਹੜੇ ਆਪਾਂ ਕੀਤੇ ਆ ਤੇ ਸਾਡੇ ਸਾਹਮਣੇ ਆ ਜਾਣੇ ਆ, ਤੇ ਅਸੀਂ ਉਹ ਮਤਲਬ ਸਾਰੀ ਕਰਮ ਥਿਊਰੀ ਆ। ਔਰ ਜ਼ਿੰਦਗੀ ਜਿਹੜੀ ਆ ਸਾਨੂੰ ਗੀਤਾ ਨੂੰ ਪੜ੍ਹ ਲਓ, ਉਹ ਵੀ ਕਰਮਾਂ ਦੇ ਉੱਤੇ ਮੁਨਸਰ ਹੈ, ਗੁਰਬਾਣੀ ਸਾਰੀ ਕਰਮਾਂ ਦੇ ਉੱਤੇ ਮੁਨਸਰ ਹੈ। ਉਹ ਕੋਈ ਕਰਮ ਉਹ ਨਹੀਂ ਗੇ ਵੀ ਪਤਾ ਨਹੀਂ ਅਸੀਂ ਕਿਹੜੇ ਕਰਮ ਕਾਂਡ ਨਹੀਂ ਆ, ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਜੋ ਜੇ ਅਸੀਂ ਮਾੜੇ ਕਰ ਰਹੇ ਹਾਂ ਤੇ ਸਾਨੂੰ ਉਹਦਾ ਮਾੜਾ ਹੀ ਫਲ ਮਿਲੇਗਾ, ਜੇ ਅਸੀਂ ਚੰਗਾ ਕਰ ਰਹੇ ਹਾਂ ਤੇ ਸਾਨੂੰ ਉਹਦਾ ਚੰਗਾ ਸੂਨਰ ਔਰ ਲੇਟਰ ਜੀ। ਡਾਕਟਰ ਸਾਹਿਬ ਇੱਕ ਚੀਜ਼ ਹੋਰ, ਜਿਵੇਂ ਮੈਂ ਤਿਉਹਾਰਾਂ ਦੇ ਬਾਰੇ ਸੋਚਦਾ ਤੇ ਵੀ ਜਿਵੇਂ ਸਮੇਂ ਸਮੇਂ ਦੇ ਉੱਤੇ ਸਰਦੀ ਦੇ ਵਿੱਚ ਸਾਡੇ ਤਿਉਹਾਰ ਆ, ਲੋਹੜੀ ਆ ਗਈ, ਦੀਵਾਲੀ ਆ ਗਈ, ਸਾਡਾ ਖਾਣ ਪੀਣ ਹੋਰ ਤਰ੍ਹਾਂ ਦਾ ਹੁੰਦਾ, ਵਿਸਾਖੀ ਵੇਲੇ ਹੋਰ ਤਰ੍ਹਾਂ ਦਾ ਹੁੰਦਾ, ਇਹਦੇ ਤੇ ਮੌਸਮਾਂ ਦਾ ਵੀ ਅਸਰ ਹੈ? ਬਿਲਕੁਲ ਬਿਲਕੁਲ ਮੌਸਮ ਦਾ ਅਸਰ ਹੈ। ਹੁਣ ਵੇਖੋ ਲੋਹੜੀ ਦੇ ਉੱਤੇ ਸਾਡੇ ਪੁਰਖੇ ਸਾਨੂੰ ਉਹ ਖਿਚੜੀ ਖਵਾਉਂਦੇ ਸੀ, ਰੋਹ ਦੀ ਖੀਰ, ਕਿਉਂਕਿ ਅਸੀਂ ਇੰਨਾ ਕੁਛ ਉਹ ਖਾਧਾ ਹੁੰਦਾ, ਮੂੰਗਫਲੀਆਂ ਗਰਮ ਚੀਜ਼ਾਂ, ਹਨਾ, ਉਹ ਸਾਡੇ ਅੰਦਰ ਠੰਡਕ ਜਿਹੜੀ ਉਹ ਵੀ ਉਹਨਾਂ ਨੇ ਕਰਨੀ ਹੁੰਦੀ ਆ। ਫਿਰ ਵਿਸਾਖੀ ਦੇ ਉੱਤੇ ਉਹ ਗੁਲਗੁਲੇ ਖਵਾਉਂਦੇ, ਔਰ ਇਹ ਸਾਰਾ, ਤੇ ਮੈਨੂੰ ਲੱਗਦਾ ਇਹ ਜਿਹੜੇ ਤਿਉਹਾਰ ਨੇ ਸਾਡੀ ਜ਼ਿੰਦਗੀ ਨੂੰ ਰੰਗੀਨੀ ਬਖਸ਼ਦੇ ਆ। ਸਾਲ ਦੀ ਸ਼ੁਰੂਆਤ ਸਾਡੀ ਲੋਹੜੀ ਨਾਲ ਹੁੰਦੀ ਆ, ਫਿਰ ਸਾਡੇ ਵਿਸਾਖੀ, ਮਤਲਬ ਵੱਖ ਵੱਖ ਜਿਹੜੇ ਤਿਉਹਾਰ ਆਈ ਜਾਣੇ ਤੇ ਅਸੀਂ ਉਹਦੇ ਅਨੁਸਾਰ ਹੀ ਚੱਲੀ ਜਾਣਾ, ਸਾਡੇ ਦਿਨ ਵੰਡੇ ਹੋਏ ਆ। ਇਹ ਚੀਜ਼ਾਂ ਜ਼ਿੰਦਗੀ ਨੂੰ ਕਲਰਫੁੱਲ ਵੀ ਕਰਦੀਆਂ, ਖੂਬਸੂਰਤ ਬਣਾਉਂਦੀਆਂ ਨੇ। ਤੇ ਡਾਕਟਰ ਸਾਹਿਬ ਜਿਹੜਾ ਮੰਡੀਕਰਨ ਹੋ ਗਿਆ ਇਹਨਾਂ ਚੀਜ਼ਾਂ ਦਾ, ਮੰਡੀ ਸੱਭਿਆਚਾਰ ਨੇ ਕਿੰਨੇ ਕੁ ਪੈਰ ਪਸਾਰੇ ਹੋਏ ਆ ਤੁਹਾਡੇ ਮੁਤਾਬਕ ਸਾਡੇ ਤਿਉਹਾਰਾਂ ਦੇ ਵਿੱਚ? ਅੱਗੇ ਉਹੀ ਫੇਰ ਗੱਲ ਆ ਜਾਂਦੀ ਹੈ ਕਿ ਅਸੀਂ ਘਰ ਦੀਆਂ ਬੜੀਆਂ ਚੀਜ਼ਾਂ ਖਾਂਦੇ ਸੀ, ਨਾ ਤਾਂ ਸਾਨੂੰ ਮਹਿੰਗੀਆਂ ਲੱਗਦੀਆਂ ਸੀ, ਕਿਉਂਕਿ ਘਰੇ ਬਾਜਰਾ ਪਿਆ ਗਾ, ਉਹਨੂੰ ਬਣਾ ਲਿਆਂਦਾ, ਗੁੜ ਆਪਦਾ ਹੁੰਦਾ, ਉਹ ਭੂਤ ਪਿੰਡ ਕਹਿੰਦੇ ਹੁੰਦੇ ਸਾਡੇ ਵਾਲੇ ਪਾਸੇ, ਤਾਂ ਮੈਨੂੰ ਨੀ ਪਤਾ ਹੋਰਾਂ ਥਾਵਾਂ ਤੇ ਕੀ ਕਹਿੰਦੇ ਸੀ, ਉਹ ਬਣ ਜਾਂਦੇ ਹਨ। ਤੇ ਇਸੇ ਤਰ੍ਹਾਂ ਕਈ ਚੀਜ਼ਾਂ ਹੋਰ ਹੁੰਦੀਆਂ ਸੀ, ਗੁੜਗਲੇ ਆ ਜਿਹੜੇ ਗੁੜ ਵੀ ਘਰ ਦਾ ਹੁੰਦਾ ਸੀ, ਆਟਾ ਵੀ ਘਰ ਦਾ ਹੁੰਦਾ ਸੀ, ਜਿਹੜਾ ਬਾਹਰੋਂ ਲੈਣਾ ਸੀਗਾ ਸਭ ਕੁਛ ਸੀ, ਹੁਣ ਹਨਾ ਸਿਲੰਡਰ ਤੋਂ ਲੈ ਕੇ ਹਰ ਚੀਜ਼ ਲੈਣੀ ਪੈਂਦੀ ਆ। ਤੇ ਮੰਡੀਕਰਨ ਦੇ ਵੇਖੋ ਹਰ ਪਾਸੇ ਪੈਰ ਪਸਾਰ ਲਿਆ, ਹਨਾ, ਉਹਨਾਂ ਨੇ ਤੇ ਤੁਹਾਨੂੰ ਲੁੱਟਣਾ, ਤੁਹਾਡੀ ਜੇਬ ਤੋਂ ਪੈਸੇ ਕਢਾਉਣੇ ਜਿੱਦਾਂ ਮਰਜ਼ੀ ਕਢਾਉਣ, ਚਾਹੇ ਉਹ ਚਾਈਨਾ ਡੋਰ ਵੇਚ ਕੇ, ਕਿੰਨੇ ਕਿੰਨੇ ਬੱਚਿਆਂ ਨੇ ਕੱਲ ਦੇ ਗੁੱਡੇ ਜਿਹੜੇ ਉਹ ਚੜਾਏ ਹੋਣਗੇ, ਔਰ ਕਿੰਨੇ ਕਿੰਨੇ ਇੰਸੀਡੈਂਟ ਵੀ ਵਾਪਰਦੇ ਆ ਨਿਆਣੇ ਜਦੋਂ ਡਿੱਗਦੇ ਆ ਜਾਂ ਇੱਦਾਂ ਦੇ ਇੰਸੀਡੈਂਟ ਵਾਪਰਦੇ ਆ। ਸੋ ਮੰਡੀਕਰਨ ਨੇ ਸਾਡੇ ਖਾਣ ਪੀਣ, ਸਾਡਾ ਪਹਿਰਾਵਾ, ਸਾਡਾ, ਮੈਂ ਕਹਿੰਦੀ ਵੀ ਆ ਚਿੱਟੇ ਦੀ ਗੱਲ ਕਰੀ ਜਾਂਦੇ ਜੀ, ਨਸ਼ਾ ਬੜਾ ਜੀ, ਫਲਾਣਾ ਬੜਾ, ਮੈਂ ਕਹਿੰਦੀ ਵੀ ਆਪਣੇ ਆਪ ਨੂੰ ਨਾ ਇੰਟਰਨੈਟ ਦੀ ਉਹ ਤੋਂ ਬਚਾ ਲਓ, ਜਿਹੜੀ ਐਡਿਕਸ਼ਨ ਹੋਈ ਆ, ਹਨਾ, ਉਹ ਉਹਦੇ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਾਡੇ ਬੱਚੇ। ਮੈਂ ਕਹਿੰਦੀ ਆ ਪੀੜੀ ਨਲਾਇਕ ਹੋ ਗਈ ਆ 2 ਸਾਲਾਂ ਵਾਲੀ, ਜਿਹਨੇ ਕੋਰੋਨਾ ਕਾਲ ਵਾਲੀ ਜਿਹੜੀ ਪੀੜੀ ਆ, ਫੋਨ ਦੇ ਉੱਤੇ ਕਿੰਨੀਆਂ ਕੁ ਬੱਚਿਆਂ ਨੂੰ ਕਲਾਸਾਂ ਸਮਝਾਉਂਦੀਆਂ, ਹਰ ਬੱਚਾ ਫੋਨ ਦੇ ਉੱਤੇ ਲੱਗਾ, ਬੱਚਿਆਂ ਦੇ ਵਿਕਾਸ ਵਿੱਚ। ਡਾਕਟਰ ਸਾਹਿਬ ਉਦੋਂ ਦੀ ਗੱਲ ਵੀ ਆ ਕਿ ਬਹੁਤ ਮਾਪੇ ਅਨਪੜ੍ਹ ਨੇ, ਬੱਚਾ ਮੋਬਾਈਲ ਲੈ ਕੇ ਬੈਠਾ ਹੁੰਦਾ ਕਲਾਸ 'ਚ, ਅੱਧੇ ਘੰਟੇ ਉਹ ਸਾਰਾ ਦਿਨ ਬੈਠਾ, ਬੱਚੇ ਕੀ ਕਰਦੇ, ਇੱਕ ਪਾਸੇ ਕਲਾਸ ਆਨ ਕਰ ਛੱਡਦੇ, ਦੂਜੇ ਪਾਸੇ ਗੇਮਾਂ ਖੇਡਦੇ ਰਹਿੰਦੇ ਨਾਲ। ਤੇ ਤੀਸਰੀ ਗੱਲ ਇਹ ਆ, ਬੱਚੇ ਡਿਪਰੈਸ਼ਨ 'ਚ ਵੀ ਜਾ ਰਹੇ ਜੇ, ਬਹੁਤ ਸਾਰੇ ਕੇਸ ਇੱਦਾਂ ਦੇ ਆ ਰਹੇ ਕਿ ਬੱਚਿਆਂ ਨੂੰ ਸਮਝ ਨਹੀਂ ਆ ਰਿਹਾ, ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ, ਸਿਰ ਦਰਦ ਹੋ ਰਹੀ ਹੈ ਬੱਚਿਆਂ ਦੀ, ਔਰ ਉਹ ਇਹ ਪੀੜੀ ਪੂਰੀ ਕਹਿ ਲਓ ਨਲਾਇਕ ਹੀ ਕਰ ਦਿੱਤੀ ਹੈ ਪੀੜੀ। ਔਰ ਬੱਚੇ ਦੇ ਬਿਹੇਵੀਅਰ ਵਿੱਚ ਕਿੰਨਾ ਚੇਂਜ ਆ ਗਿਆ, ਸਮਾਜੀਕਰਨ ਦੇ ਵਿੱਚ ਮਾਂ ਪਿਓ ਦਾ ਰੋਲ ਘੱਟ ਗਿਆ ਵਾ, ਤੇ ਜਿਹੜੇ ਇੰਟਰਨੈਟ ਆ ਜਿਹੜੀਆਂ ਸੋਸ਼ਲ ਮੀਡੀਆ ਉਹਦਾ ਦਾ ਵੱਧ ਗਿਆ ਵਾ, ਔਰ ਬੱਚੇ ਉਹੋ ਜਿਹੇ ਲੌਜਿਕ ਦਿੰਦੇ ਆ ਪੁੱਠੇ ਸਿੱਧੇ, ਉੱਥੋਂ ਸੁਣ ਸੁਣ ਕੇ, ਭਾਵੇਂ ਸਾਡੇ ਕਲਚਰ 'ਚ ਫਿੱਟ ਹੋਣ ਤੇ ਭਾਵੇਂ ਗੱਲਾਂ ਨਾ ਫਿੱਟ ਹੋਣ। ਔਰ ਦੂਸਰੇ ਨੰਬਰ ਦੇ ਉੱਤੇ ਬੱਚੇ ਦੇ ਵਿਕਾਸ ਦੇ ਉੱਤੇ ਬੜਾ ਫਰਕ ਪੈ ਰਿਹਾ, ਉਹਦੇ ਫਿਜ਼ੀਕਲੀ ਵਿਕਾਸ ਦੇ ਉੱਤੇ ਪੈ ਰਿਹਾ ਵਾ, ਕਿਉਂਕਿ ਉਹਦਾ ਖਾਣ ਪੀਣ ਬਦਲ ਗਿਆ, ਉਹਦਾ ਉਹ ਸਾਰਾ ਕੁਛ ਸਿਸਟਮ ਬਦਲ ਗਿਆ। ਸੋ ਇਹਦੇ ਉੱਤੇ ਵੀ ਸਾਨੂੰ ਬੜੀ ਗੌਰ ਨਾਲ ਸੋਚਣ ਦੀ ਲੋੜ ਆ। ਔਰ ਅੱਜ ਕੱਲ ਮਾਨਸਿਕਤਾ ਕੀ ਰਹਿ ਗਈ ਆ, ਪਲੱਸ 2 ਕੀਤੀ ਆ ਤੇ ਅੱਛਾ ਬਾਹਰ ਨਹੀਂ ਹੈ, ਪਹਿਲਾਂ ਡਾਇਰੈਕਟ ਆਈਲੈਟਸ ਨਹੀਂ ਕੀਤਾ, ਬਾਹਰ ਨਹੀਂ ਹੈ, ਮਤਲਬ ਕਿ ਸਿਰਫ ਜਿੱਦਾਂ ਜ਼ਿੰਦਗੀ ਦਾ ਮਕਸਦ ਸਿਰਫ ਪਲੱਸ 2 ਕਰਕੇ ਆਈਲੈਟਸ ਕਰਕੇ ਬਾਹਰ ਜਾਣਾ ਰਹਿ ਗਿਆ, ਹੋਰ ਕੋਈ ਮਤਲਬ ਗੱਲ ਹੀ ਬਾਤ ਹੀ
ਨਹੀਂ ਰਹੀ। ਸੋ ਕਿੱਥੇ ਸਾਡੀ ਬੌਧਿਕਤਾ ਜਾਊਗੀ, ਕਿੱਥੇ ਸਾਡਾ ਵਿਕਾਸ ਜਾਊਗਾ, ਤੇ ਕਿੱਥੇ ਅਸੀਂ। ਮੈਂ ਇੱਕ ਦਿਨ ਸੋਚ ਰਹੀ ਸੀ ਵੀ ਆਹ ਗੁਰਬਾਣੀ ਆਪਾਂ ਸੁਣਦੇ ਹਾਂ ਦਰਬਾਰ ਸਾਹਿਬ ਤੋਂ ਜਦੋਂ ਆਉਂਦੀ ਆ, ਤੇ ਹਾਲਾਂਕਿ ਆਪਾਂ ਪੰਜਾਬੀ ਦੇ ਬੰਦੇ ਆ, ਤੇ ਕਦੀ ਸਾਨੂੰ ਵੀ ਕੋਈ ਅੱਖਰ ਨਾ ਸਮਝ ਆਵੇ ਤੇ ਅਸੀਂ ਥੱਲੇ ਜਿਹੜੀ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਆਉਂਦੀ ਉਹਨੂੰ ਪੜ੍ਹਦੇ ਹਾਂ ਤੇ ਮੀਨਿੰਗ ਸਮਝੀਏ। ਤੇ ਮੈਂ ਕਹਿੰਦੀ ਹਾਂ ਵੀ ਆ ਬੱਚਿਆਂ ਨੂੰ ਤੇ ਆਉਂਦੀ ਨਹੀਂ ਆ ਪੰਜਾਬੀ ਪੂਰੀ ਪ੍ਰੋਪਰ ਸਮਝ, ਜਿਹੜੀ ਨਵੀਂ ਪੀੜ੍ਹੀ ਹੈ ਉਹ ਤੇ ਅੰਗਰੇਜ਼ੀ ਤੋਂ ਹੀ, ਤੇ ਉਹ ਤੋਂ ਉਹ ਜਿਹੜੇ ਜੇ ਸਾਨੂੰ ਇਹ ਸਾਡਾ ਇਹ ਮਸਲਾ ਵਾ ਤੇ ਸਾਡੇ ਬੱਚਿਆਂ ਦਾ ਅੱਗੋਂ ਕੀ ਮਸਲਾ, ਤੇ ਉਹਨਾਂ ਦੇ ਬੱਚਿਆਂ ਤੱਕ ਕਿੱਦਾਂ ਗੁਰਬਾਣੀ ਪਹੁੰਚੇਗੀ। ਤੇ ਅਸੀਂ ਕਿਹੜੀ ਪੰਜਾਬੀ ਦੀ ਤੇ ਕਿਹੜੇ ਧਰਮ ਦੀ ਗੱਲ ਕਰਦੇ ਹਾਂ ਜੀ। ਡਾਕਟਰ ਸਾਹਿਬ, ਅਮਰਜੀਤ ਸਾਥੀ ਦਾ ਇੱਕ ਨਾ ਉਹ ਹਾਈਕੂ ਹੈ, ਹਾਂਜੀ, ਐਸੇ ਐਸੇ ਕੈਨੇਡੀਅਨ ਮਦਰਸਾ ਐਸੇ ਐਸੇ ਸੱਸਾ, ਹਾਲਾਤ ਇਹ ਬਣ ਜਾਣੇ ਆ। ਹਾਂਜੀ ਹਾਂਜੀ ਬਿਲਕੁਲ। ਅਸੀਂ ਪਰਿਵਾਰ ਦੀ ਗੱਲ ਡਾਕਟਰ ਸਾਹਿਬ ਜਦੋਂ ਛੇੜੀ ਸੀ ਨਾ ਕਿ ਵਿਦੇਸ਼ ਵਿੱਚ ਜਾ ਰਹੇ ਆ ਹਨਾ, ਪੀੜ੍ਹੀ ਉੱਧਰ ਜਾਣਾ ਚਾਹੁੰਦੀ। ਅੱਜ ਮੈਂ ਹੁਣੇ ਦਿਨ ਵੇਲੇ ਇੱਕ ਇੰਟਰਵਿਊ ਕਰਕੇ ਆਇਆ, ਉਹਨਾਂ ਦਾ ਬੰਦਿਆਂ ਦਾ ਬਿਜ਼ਨਸ ਹੈ, ਟੀਚਰ ਵੀ ਨੇ ਉਹ ਬਾਈ ਜੀ, ਜਰਨਲਿਸਟ ਵੀ ਨੇ ਉਹ। ਕਹਿੰਦੇ ਮੈਂ ਕੈਨੇਡਾ ਅਮਰੀਕਾ ਨਹੀਂ ਜਾਣਾ ਚਾਹਿਆ ਸੀਗਾ, ਉਹਨਾਂ ਦਾ ਬੇਟੇ ਮਿਲਾਇਆ, ਕਹਿੰਦੇ ਇਹ ਵੀ ਨਹੀਂ ਜਾਣਾ ਚਾਹੁੰਦਾ, 17 ਕਿ 18 ਕਹਿੰਦੇ ਮੁੰਡੇ ਦੇ ਦੋਸਤ ਆ ਜਿਹੜੇ ਬਾਹਰ ਹੈ। ਮੈਂ ਗੱਲ ਕਰਨ ਲੱਗ ਗਿਆ, ਮੈਂ ਵੀ 5 ਸਾਲਾਂ ਨੂੰ ਤੁਸੀਂ ਦੇਖਿਓ ਕਿ ਉਹ ਲੋਕ ਅੱਜ ਅਸੀਂ ਉਹਨਾਂ ਨੂੰ ਕਹਿਣੇ ਨਾ ਲੱਕੀ ਆ, ਅੱਜ ਵਾਲਿਆਂ ਨੂੰ ਤਾਂ ਨਹੀਂ, ਜਿਹੜੇ ਸਾਡੇ ਤੋਂ ਪਹਿਲਾਂ ਗਏ ਹੋਏ ਆ 10 ਸਾਲ ਪਹਿਲਾਂ ਉੱਥੇ ਸੈਟਲ ਆ, ਅਸੀਂ ਕਹਿੰਦੇ ਕਿ ਉਹਨਾਂ ਦੀ ਲਾਈਫ ਬੜੀ ਵਧੀਆ, ਮੋਸਟਲੀ ਸਾਡੇ ਮਨਾਂ 'ਚ ਇਹੀ ਆ। ਪਰ ਮੈਂ ਕਿਹਾ ਉਦੋਂ ਬਾਅਦ ਤੁਸੀਂ ਦੇਖੋਗੇ ਕਿ 5-7 ਸਾਲਾਂ ਨੂੰ ਆਪਾਂ ਨੂੰ ਉਹ ਲੋਕ ਆਖਿਆ ਕਰਨਗੇ ਜਿਹੜੇ ਇੰਡੀਆ 'ਚ ਰਹਿੰਦੇ ਉਹ ਵੀ ਤੁਸੀਂ ਲੱਕੀ ਹੋ, ਤੁਹਾਡਾ ਵਧੀਆ ਲਾਈਫ ਸਟਾਈਲ ਹੈ ਤੇ ਸਾਡੇ ਨਾਲੋਂ ਚੰਗੇ। ਉਹ ਕਹਿੰਦਾ ਜੀ ਉਹ ਹੁਣ ਵੀ ਮੰਨਦੇ ਆ ਕੁਛ ਲੋਕ, ਪਰ ਸਾਨੂੰ ਇਸ ਵਾਸਤੇ ਠੀਕ ਹੈ ਕਿ ਵਿਦੇਸ਼ ਜਾਣਾ ਜੋ ਮਾੜੀ ਗੱਲ ਨਹੀਂ, ਮਾਈਗ੍ਰੇਟ ਹੋਣਾ ਮਾੜੀ ਗੱਲ ਨਹੀਂ, ਮਿੱਟੀ ਨਾਲ ਜੁੜੇ ਰਹੋ ਤੇ ਆਪਦੇ ਵਾਸਤੇ ਜ਼ਰੂਰ ਟਾਈਮ ਕੱਢਦੇ ਰਹੋ। ਜੇ ਤੁਰੇ ਜਾਂਦੇ ਨੇ ਉਹ ਡਰਾਈਵ ਥਰੂ ਖਾਣੇ ਖਾਣੇ ਨੇ ਤੇ ਸਾਰੇ ਪੈਸੇ ਆ ਜਿਹੜੇ ਮੌਰਗੇਜਾਂ 'ਚ ਜਾਣੇ ਆ, ਫਿਰ ਤਾਂ ਸਟ੍ਰੈਸ ਵਧਣਾ ਹੈਗਾ। ਬਾਕੀ ਸਿੱਧੂ ਸਰ ਇਹ ਵੀ ਗੱਲ ਇੱਕ ਹੈਗੀ ਆ, ਹਰ ਬੰਦੇ ਦੀ ਆਪਣੇ ਸੈਟਿਸਫੈਕਸ਼ਨ ਦਾ ਲੈਵਲ ਆ। ਹੋ ਸਕਦਾ ਕਿਸੇ ਨੂੰ ਬੌਧਿਕਤਾ ਇੰਟਲੈਕਚੁਅਲ ਲੈਵਲ ਨਾਲ ਸੈਟਿਸਫੈਕਸ਼ਨ ਮਿਲਦੀ ਹੋਵੇ, ਕਿਸੇ ਨੂੰ ਪੈਸੇ ਨਾਲ ਹੀ ਸੈਟਿਸਫੈਕਸ਼ਨ ਮਿਲਦੀ ਹੋਵੇ, ਕਿਸੇ ਨੂੰ ਬਾਹਰ ਜਾ ਕੇ ਖੁਸ਼ੀ ਮਿਲਦੀ ਹੋਵੇ। ਇਹ ਹਰ ਇੱਕ ਦੀਆਂ ਪਰਿਸਥਿਤੀਆਂ, ਹਰ ਇੱਕ ਦੀ ਸੈਟਿਸਫੈਕਸ਼ਨ ਦਾ ਲੈਵਲ ਵੱਖੋ ਵੱਖਰਾ ਹੈ। ਕੌਣ ਕਿੱਥੇ ਸੈਟਿਸਫਾਈਡ ਆ, ਹਨਾ, ਜਿਹਨੂੰ ਜਿੱਥੇ ਚੰਗਾ ਲੱਗਦਾ ਉਹ ਉੱਥੇ ਰਹਿ ਲੇ, ਹਨਾ। ਔਰ ਕਈ ਲੋਕ ਗਲਤ ਹੁੰਦੇ ਵੀ ਆਪਣੇ ਆਪ ਨੂੰ ਮੰਨਣਾ ਨਹੀਂ ਚਾਹੁੰਦੇ ਕਿ ਮਤਲਬ ਇਹ ਗਲਤ ਹੈ। ਔਰ ਅਸੀਂ ਜਿੱਦਾਂ ਮੈਂ ਵਾ, ਮੈਂ ਬਾਹਰ ਜਾਣ ਨੂੰ ਪ੍ਰੈਫਰੈਂਸ ਨਹੀਂ ਦੇਵਾਂਗੀ ਕਿਉਂਕਿ ਮੈਂ ਆਪਣੇ ਇੱਥੋਂ ਇੱਥੇ ਰਹਿਣ ਨੂੰ ਪ੍ਰੈਫਰੈਂਸ ਦਿੱਤੀ, ਉਹ ਮੇਰੀਆਂ ਪਰਿਸਥਿਤੀਆਂ ਨੇ, ਮੇਰੀ ਆਪਣੀ ਹੈ, ਹਨਾ। ਤੇ ਮੇਰੇ ਮੈਂ ਆਪਣੇ ਬੱਚਿਆਂ ਦੀ ਆਪਣੀ ਗੱਲ ਥੋਪ ਨਹੀਂ ਸਕਦੀ, ਉਹਨਾਂ ਨੇ ਜਾਣਾ ਹੋਊਗਾ ਜਾਣ, ਉਹਨਾਂ ਨੇ ਨਹੀਂ ਜਾਣਾ ਹੋਏਗਾ ਨਾ ਜਾਣ, ਇਹ ਉਹਨਾਂ ਦੀ ਮਰਜ਼ੀ ਹੈ। ਪਰ ਗੱਲ ਇਹ ਵੀ ਸਾਡਾ ਲੈਵਲ ਜਿਹੜਾ ਸੈਟਿਸਫੈਕਸ਼ਨ ਦਾ ਹਰ ਬੰਦੇ ਦਾ ਵੱਖਰਾ। ਮੈਂ ਦੇਖਿਆ ਕਈਆਂ ਨੂੰ ਕਿ ਸਿੱਧੂ ਸਰ ਨੀਤ ਵਿੱਚ ਵੀ ਭੁੱਖ ਹੁੰਦੀ ਆ, ਉਦਾਂ ਭਾਵੇਂ ਭੁੱਖ ਨਾ ਹੋਵੇ, ਮੈਂ ਲੋਕਾਂ ਨੂੰ ਦੇਖਦੀ ਹਾਂ, ਹਨਾ। ਤੇ ਨੀਤ ਹੀ ਭੁੱਖੀ ਹੁੰਦੀ ਆ, ਜਿੰਨਾ ਮਰਜ਼ੀ ਪੈਸਾ ਹੋਵੇ, ਇਸ ਕਰਕੇ ਸੈਟਿਸਫਾਈਡ ਨਹੀਂ ਹੁੰਦੇ। ਬੜੀ ਕਮਾਲ ਦੀ ਲਾਈਨ ਲਿਖੀ ਸੀ ਨਾ ਉਹ, ਕਿ ਨੀ ਤੂੰ ਮਾਲਕ ਹੱਟੀਆਂ ਦੀ ਤੇ ਤੇਰੀ ਨੀਤ ਰੁੰਗਿਆਂ ਵਾਲੀ। ਹਾਂ ਬਾਕੀ ਸਹੀ ਗੱਲ ਹੈ। ਔਰ ਨੀਤ ਕਿੰਨੀ ਕੁ ਰਚੀ ਹੋਈ ਹੈ। ਔਰ ਇਸੇ ਕਰਕੇ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਖਾਨਦਾਨ ਨੂੰ ਬੜੀ ਪ੍ਰੈਫਰੈਂਸ ਦਿੰਦੇ ਸੀ। ਖਾਨਦਾਨ ਦਾ ਮਤਲਬ ਇਹ ਨੀ ਕਿ ਅਮੀਰ ਖਾਨਦਾਨ, ਅਮੀਰ ਦਾ ਮਤਲਬ ਨੀ ਆ, ਮਤਲਬ ਇਹ ਹੈ ਕਿ ਖਾਨਦਾਨ ਦੇ ਸੰਸਕਾਰ ਕਿੱਦਾਂ ਦੇ ਨੇ ਉਸ ਪਰਿਵਾਰ ਦੇ। ਬੰਦਾ ਆਪਣੇ ਸੰਸਕਾਰਾਂ ਨਾਲ ਉੱਚਾ ਹੁੰਦਾ ਹੈ, ਨਾ ਕਿ ਪੈਸੇ ਨਾਲ ਉੱਚਾ ਹੁੰਦਾ। ਬਿਲਕੁਲ, ਆਰਥਿਕ ਦਾ ਬੇਸ ਜ਼ਰੂਰ ਹੈ, ਪਰ ਕੀ ਕਹਿੰਦੇ ਆ ਕਿ ਸਾਡੇ ਬੀਵੀ ਕਹਿੰਦੇ ਹੁੰਦੇ ਖਾਨਦਾਨੀ ਕੁੱਤਾ ਵੀ ਸੁਰ ਚ ਭੌਂਕਦਾ। ਹਾਂ ਇਹ ਵੀ ਗੱਲ ਹੈ। ਔਰ ਦੂਸਰੀ ਗੱਲ ਹੈ ਕਿ ਦੇਖੋ ਰਿਸ਼ਤੇ ਤਾਂ ਅੱਡ ਗੱਲ ਹੈ ਨਾ, ਕਿ ਰਿਸ਼ਤੇ ਕਰਨੇ ਹੁੰਦੇ ਸੀ ਉਦੋਂ ਖਾਨਦਾਨ ਦੇਖਦੇ ਸੀ। ਸਾਡੇ ਤਾਂ ਮੱਝਾਂ ਤੋਂ ਲੈ ਕੇ ਵਲਦਾਂ ਤੋਂ ਲੈ ਕੇ ਜਦੋਂ ਅਸੀਂ ਖੇਤੀ ਕਰਦੇ ਸੀ ਸਾਰਾ ਕੁਛ ਉਹਨਾਂ ਚੀਜ਼ਾਂ ਨਾਲ ਜੁੜਿਆ, ਉਹਨਾਂ ਦੀਆਂ ਵੀ 3-3 ਪੀੜ੍ਹੀਆਂ 4-4 ਪੀੜ੍ਹੀਆਂ ਨਸਲਾਂ ਦੇਖਦੇ। ਹਾਂਜੀ ਬਿਲਕੁਲ, ਘੋੜੀਆਂ ਦੀਆਂ ਨਸਲਾਂ ਦੇਖਦੇ। ਹਾਂਜੀ ਦੁਸ਼ਮਣੀ ਕੱਢਣੀ ਆ ਨਾ ਤੇ ਉਹਨੂੰ ਮਦਰਾ ਸਾਫ ਕਰਾ ਦੋ, ਉਹਨਾਂ ਦਾ ਖਾਨਦਾਨ ਅੱਗੋਂ ਨਿੱਕਾ ਹੋ ਜਾਏਗਾ। ਇਹ ਵੀ ਮਤਲਬ ਇੱਕ ਕਹਿ ਲੋ, ਵੇਖੋ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਟੈਕਨੀਕਸ ਸੀ ਕਿੱਦਾਂ ਦੀਆਂ। ਬੜਾ ਕੁਛ ਹੈ ਡਾਕਟਰ ਸਾਹਿਬ ਇਹਨਾਂ ਚੀਜ਼ਾਂ ਦੇ ਵਿੱਚ, ਫੋਕਲੋਰ ਚ ਸਾਡੇ ਚ ਲੁਕਿਆ ਤੇ ਸ਼ਿਕਾ। ਹਾਂਜੀ, ਤੇ ਦੂਜੀ ਗੱਲ ਫੇਰ ਕਰੀਏ ਕਿ ਜਦੋਂ ਇਹ ਸਾਰਾ ਕੁਛ ਉੱਥੇ ਘੁੰਮ ਘੁਮਾ ਕੇ ਆ ਜਾਂਦੇ ਆ, ਲੋਹੜੀ ਤੋਂ ਗੱਲ ਸ਼ੁਰੂ ਹੋਈ ਸੀ ਉੱਥੇ ਨਵੇੜ ਦਿੰਦੇ ਆ, ਫੇਰ ਤਿਲ ਜਿਹਦਾ ਗੁਰਬਾਣੀ ਕਿਤੇ ਵੀ ਪਹੁੰਚ ਗਈ ਤੇ ਰਹਾਓ ਦੇ ਨੁਕਤੇ ਨਾਲ ਫਿਰ ਵਾਪਸ ਪਹੁੰਚ ਜਾਂਦਾ ਨਾ ਕੇਂਦਰੀ ਨੁਕਤੇ ਤੇ। ਉਹ ਕਹਿੰਦੇ ਨਾ
ਇਚਰ ਆਏ ਦਲਿੱਦਰ ਜਾਏ, ਹੈ ਨਾ, ਇਚਰ ਦਲਿੱਦਰ ਦੀ ਜੜ ਚੁੱਲ੍ਹੇ ਪਾਏ। ਦਲਿੱਦਰ ਦੀ ਜੜ ਚੁੱਲ੍ਹੇ ਪਾਏ। ਦੇਖੋ ਇਹ ਜਿਹੜਾ ਤਿਉਹਾਰ ਆ ਇਹ ਦਲਿੱਦਰ ਨੂੰ ਖਤਮ ਕਰਨ ਦਾ, ਡਿਪਰੈਸ਼ਨ ਨੂੰ ਖਤਮ ਕਰਨ ਦਾ, ਹੈ ਨਾ, ਬੜੇ ਉਚਾ ਉਚਾਅ ਵਾਲਾ, ਹੁਲਾਸ ਵਾਲਾ, ਚੜ੍ਹਦੀ ਕਲਾ ਵਾਲਾ ਜਿਹੜਾ ਤਿਉਹਾਰ ਆ। ਔਰ ਦੇਖੋ ਇਹ ਵੈਲਕਮ ਦਾ ਤਿਉਹਾਰ ਹੈ ਕਿ ਬੱਚਾ ਪੈਦਾ ਹੁੰਦਾ ਤਾਂ ਉਹਦੀ ਖੁਸ਼ੀ ਮਨਾਈ ਜਾਂਦੀ ਆ, ਵਿਆਹ ਹੁੰਦਾ ਵਾ ਤੇ ਉਹ। ਔਰ ਮੈਂ ਸੋਚ ਰਹੀ ਸੀ, ਮੈਨੂੰ ਇੱਕ ਦਿਨ ਸੌਂਗ ਚੇਤੇ ਆ ਰਿਹਾ ਸੀ, ਮੇਰੇ ਬੀਜੀ ਸੁਣਾਉਂਦੇ ਹੁੰਦੇ ਸੀ ਦਾਦੀ ਮੇਰੇ, ਕਿ ਰਾਣੀ ਜੇ ਪੁੱਛਦੀ ਵੇ ਰਾਜਾ ਸੁਣ ਮੇਰੀ ਬਾਤ ਨੂੰ, ਗਾਜਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ, ਹੈ ਪਾਂਧਾ ਸਦਾਈਏ ਨੀ ਰਾਣੀ ਸਾਹਾ ਸਦਾਈਏ, ਗਾਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ, ਪੁੱਤਰਾਂ ਦੇ ਜਮਣੇ ਵੇ ਰਾਜਾ ਨੌਵਾਂ ਦੇ ਆਵਣੇ, ਇੰਦਰ ਦੀ ਵਰਖਾ ਵੇ ਰਾਜਾ ਨਿੱਤ ਨਹੀਂ। ਕਿੰਨੀ ਖੂਬਸੂਰਤੀ ਹੈ ਇਹਨਾਂ ਲਾਈਨਾਂ ਦੇ ਵਿੱਚ। ਔਰ ਸਾਡਾ ਫੋਕਲੋਰ ਕਿੰਨਾ ਖੂਬਸੂਰਤ ਹੈ ਕਿ ਵਾਕਈ ਇਹ ਗੱਲਾਂ ਰੋਜ਼ ਰੋਜ਼ ਨਹੀਂ ਵਾਪਰਦੀਆਂ। ਹੁਣ ਚਲੋ ਧੀਆਂ ਦੀ ਲੋਹੜੀ ਮਨਾਉਣ ਲੱਗ ਪਏ, ਵੀ ਬਹੁਤ ਕਹਿ ਲਓ ਵੀ ਪੋਜ਼ਿਟਿਵ ਜਿਹੜੀ ਚੇਂਜ ਆਈ ਆ। ਡਾਕਟਰ ਸਾਹਿਬ ਇਦੋਂ ਵੀ ਕਮਾਲ ਦੀ ਗੱਲ, ਮੇਰੇ ਇੱਕ ਮਾਂਡੋਂ ਕੁੜੀ ਦਾ ਪਰਸੋਂ ਚੌਥੇ ਹਫ਼ਤਾ ਪਹਿਲਾਂ ਵਿਆਹ ਹੋਣਾ ਮੇਰੇ ਕੋਲ ਜਾਂ ਥੋੜੇ ਦਿਨ ਬਾਅਦ, ਉਹ ਕੱਲ ਗਲੀ ਦੇ ਵਿੱਚੋਂ ਜਦੋਂ ਮੈਂ ਲੰਘਿਆ ਤੇ ਕਈ ਜਣੀਆਂ ਪ੍ਰਾਂਤਾਂ ਚੱਕ ਕੇ ਵਿੱਚੋਂ ਲੋਹੜੀ ਵੰਡਦੇ ਫਿਰ, ਜਿਹੜਾ ਆਪਣਾ ਪਿੰਡਾਂ ਚ ਟ੍ਰੈਡੀਸ਼ਨ ਹੈ ਨਾ, ਉਹ ਮੈਂ ਗੱਡੀ ਰੋਕ ਲਈ ਹੈ ਨਾ, ਮੈਨੂੰ ਵੀ ਆਦਤ ਆ ਲੋਹੜੀ ਮੰਗਣ ਦੀ, ਤੇ ਮੈਂ ਖੜ ਗਿਆ ਹੈ ਨਾ, ਮੈਂ ਕਿਹਾ ਵੀ ਕਿਹਦੀ ਆ? ਉਹ ਕਹਿੰਦੇ ਆ ਕੁੜੀ ਹੈ ਨਾਲ, ਵੀ ਇਹਦੇ ਵਿਆਹ ਦੀ ਹੈ। ਤੁਸੀਂ ਦੇਖੋ ਕਿ ਮਾਪੇ ਆਪਦੀ ਧੀ ਦੀ ਪਿੰਡ ਲੋਹੜੀ ਬਣਾ ਰਹੇ ਆ, ਇੱਕ ਇੱਕ ਨਵਾਂ ਫਲਸਫਾ ਆ ਰਿਹਾ। ਕਈ ਇਹਨੂੰ ਇਕੁਅਲਿਟੀ ਵਾਲੇ ਪਾਸੇ ਜਾਂ ਹੋਰ ਪਾਸੇ ਵੀ ਸੋਚ ਰਹੇ ਹੋਣਗੇ ਵੀ ਆਹ ਕਿਹੜੇ ਪਾਸੇ ਨੂੰ ਤੋਰ ਲਈ ਗੱਲ, ਪਰ ਮੈਨੂੰ ਲੱਗਦਾ ਕਿ ਠੀਕ ਹੈ, ਉਹਨਾਂ ਦੇ ਪੁੱਤ ਹੈ ਨੀ, ਉਹਨਾਂ ਨੇ ਧੀ ਦੇ ਉਹ ਸਾਰੇ ਚਾਅ ਪੂਰੇ ਕਰ ਲਏ। ਹਾਂਜੀ ਬਿਲਕੁਲ ਬਿਲਕੁਲ, ਬਹੁਤ ਚੰਗੀ ਗੱਲ ਹੈ। ਔਰ ਦੇਖੋ ਬੱਚਾ ਤਾਂ ਸੇਮ ਆ, ਇੱਥੇ ਸੋਸਾਇਟੀ ਨੇ ਫਰਕ ਪੈਦਾ ਕੀਤੇ ਆ, ਬਾਇਓਲੋਜੀਕਲ ਦੇ ਬਸ ਇਹ ਫਰਕ ਆ ਨਾ, ਮਰਦ ਤੇ ਔਰਤ ਦਾ ਫਿਜ਼ੀਕ ਦਾ ਫਰਕ ਹੈ, ਔਰਤ ਬੱਚੇ ਪੈਦਾ ਕਰ ਸਕਦੀ ਆ, ਮਰਦ ਨਹੀਂ ਕਰ ਸਕਦਾ, ਹਨਾ। ਤੇ ਗੱਲ ਇਹ ਆ, ਬਾਕੀ ਸਾਰੇ ਫਰਕ ਤੇ ਸਮਾਜ ਨੇ ਪੈਦਾ ਕੀਤੇ ਆ ਕੁੜੀ ਨੂੰ ਦਬਾਉਣ ਦੇ ਲਈ। ਜਿੱਦਾਂ ਸਿਮੋਨ ਦਾ ਬੋਏ ਕਹਿੰਦੀ ਆ ਕਿ ਜਿੱਦਾਂ ਸੈਕੰਡ ਸੈਕਸ ਉਹਦੀ ਕਿਤਾਬ ਆਉਂਦੀ ਆ, ਔਰਤ ਜੰਮਦੀ ਥੋੜਾ, ਔਰਤ ਬਣਾ ਦਿੱਤੀ ਜਾਂਦੀ ਆ। ਤੇ ਜੁਲੀਆ ਕਰਸਟੀਵਾ ਉਹਦੇ ਤੋਂ ਵੀ ਅੱਗੇ ਜਾਂਦੀ, ਉਹ ਕਹਿੰਦੀ ਜੇ ਮਰਦ ਆਪਣੀ ਮੁੱਛ ਤੇ ਮਾਣ ਕਰ ਸਕਦਾ, ਔਰਤ ਆਪਣੀ ਕੁੱਖ ਤੇ ਮਾਣ ਕਿਉਂ ਨਾ ਕਰੇ। ਠੀਕ ਹੈ, ਮਰਦ ਤੇ ਔਰਤ ਦੋਵੇਂ ਬਰਾਬਰ ਨੇ, ਬਰਾਬਰੀ ਦੇ ਪਹੀਏ ਨੇ, ਇੱਕ ਵੀ ਪਹੀਆ ਢਿੱਲਾ ਤੇ ਜ਼ਿੰਦਗੀ ਜਿਹੜੀ ਉਹ ਟਿੱਕੇ ਡੋਲੇ ਖਾਂਦੀ ਆ। ਸੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਭੈ ਕਹੋ ਕੋ ਦੇਤ ਹੈ ਨਾ ਭੈ ਮਾਨਤ ਆਨ, ਉਹ ਗੱਲ ਹੈ ਕਿ ਨਾ ਡਰੋ ਤੇ ਨਾ ਡਰਾਓ, ਬਰਾਬਰੀ ਦਾ ਰਿਸ਼ਤਾ ਪਿਆਰ ਨਾਲ, ਹੈਨਾ। ਔਰ ਤਾਂ ਹੀ ਸਮਾਜ ਦੀ ਜਿਹੜੀ ਗੱਡੀ ਆ ਉਹ ਸਹੀ ਚੱਲ ਸਕਦੀ ਆ। ਨਾਲੇ ਵੈਸੇ ਵੀ ਜੇ ਡਰਾਉਂਗੇ ਤਾਂ ਫਿਰ ਦੂਜੇ ਪਾਸੇ ਵੀ ਗੱਲ ਹੋ ਜਾਂਦੀ ਹੈ, ਕਿਉਂਕਿ ਅਗਲੇ ਨੇ ਗਾਂ ਫਿਰ ਹੁਕਮਨਾਮਾ ਵੀ ਪੜਿਆ, ਸੋਰੀ ਜ਼ਫਰਨਾਮਾ ਵੀ ਪੜਿਆ, ਹੋ ਸਕਦਾ ਕਿ ਚੂੰ ਕਰ ਜਮਾ ਹੀਲ ਤੇ ਦਰ ਗੁਜਰ। ਨਹੀਂ ਤੇ ਫਿਰ ਸਿੱਧੂ ਸਾਹਿਬ ਅੱਗੇ ਚੰਡੀ ਦੀ ਵਾਰ ਵੀ ਹੈਗੀ ਆ। ਉਹੀ ਤਾਂ ਗੱਲ ਹੈ ਨਾ ਜੀ, ਕਿ ਸਾਡੇ ਕੋਲ ਬਹੁਤ ਕੁਛ ਹੈ ਪਰ ਸੰਭਲਣਾ ਹੀ ਪੈਂਦਾ। ਤੇ ਡਾਕਟਰ ਸਾਹਿਬ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਐਂਡ ਦੇ ਉੱਤੇ ਮੈਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਚਾਹੁੰਦੀ ਹਾਂ, ਤੇ ਸਭ ਹੱਸਦੇ ਵੱਸਦੇ ਖੁਸ਼ ਰਹੋ, ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਮੈਂ ਅੱਜ ਤੁਹਾਨੂੰ ਸਲੂਟ ਕਰਨਾ ਚਾਹੁੰਦੀ ਸਿੱਧੂ ਸਰ, ਕਰ ਲਓ ਜੀ ਸਲੂਟ ਲੱਗੀ ਹੈ, ਇਸ ਕਰਕੇ ਕਰਨਾ ਚਾਹੁੰਦੀ ਹਾਂ ਵੀ ਤੁਹਾਡਾ ਜਦੋਂ ਮੈਨੂੰ ਅੱਜ ਦਿਨੇ ਫੋਨ ਆਇਆ ਤੇ ਮੈਂ ਕਿਹਾ ਵੇਖੋ ਵੀ ਇਹ ਬੰਦੇ ਨੂੰ ਅੱਗੇ ਵਧਣ ਤੋਂ ਕੌਣ ਰੋਕ ਸਕਦਾ, ਜਿਹੜਾ ਕਿ ਛੁੱਟੀ ਵਾਲੇ ਦਿਨ ਵੀ, ਲੋਹੜੀ ਵਾਲੇ ਦਿਨ ਵੀ ਆਪਣੇ ਕੰਮ ਦੇ ਵਿੱਚ ਇੰਨਾ ਮਸਰੂਫ ਹੈ, ਔਰ ਅੱਜ ਵੀ ਇਹ ਜਿਹੜੀ ਹੈ ਸ਼ੂਟਿੰਗ ਜਾਂ ਰਿਕਾਰਡਿੰਗ ਕਰਨੀ ਚਾਹੁੰਦੇ ਆ। ਸੋ ਵਾਕਈ ਤੁਹਾਨੂੰ ਸਲਾਮ ਹੈ ਸਿੱਧਾ ਜੀ, ਔਰ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਹਾਡੇ ਵਰਗੇ ਲੋਕ ਜਦੋਂ ਜੁੜੇ ਨੇ ਤਾਂ ਸੋਚਾਂ ਵੀ ਨਹੀਂ ਰੁਕਦੀਆਂ, ਪ੍ਰਾਪਤੀਆਂ ਵੀ ਨਹੀਂ ਰੁਕਦੀਆਂ, ਕਦਮ ਚੱਲਦੇ ਰਹਿਣ, ਸੋਚਾਂ ਵਗਦੀਆਂ ਰਹਿਣ ਪਾਣੀ ਦੇ ਵਾਂਗੂ। ਤੇ ਨੰਬਰ ਸਾਂਝਾ ਕਰਿਓ ਜੀ। ਹਾਂਜੀ, ਮੇਰਾ ਨੰਬਰ ਹੈਗਾ ਜੀ 7887 4861। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ।